사지ਸ਼ ਬਰਗਾੜੀ ਵਾਲੇ ਤੁਸੀਂ ਕਹਤੀ ਉਹ ਸਾਜ਼ਿਸ਼ ਦਾ ਹਾਇਤਕਰੇ ਕਿਉਂ ਨਹੀਂ ਪਤਾ ਲੱਗ ਸਕਿਆ ਕਿ ਉਹ ਸਾਜ਼ਿਸ਼ ਦਾ ਫਾਇਦਾ ਕਿੰਨੂੰ ਹੋ ਰਿਹਾ ਭਾਵੇਂ ਕਾਲੀ ਦਲ ਦਾ ਲੀਡਰ ਆ ਜਿਹੜਾ ਜਾਂ ਕੋਈ ਵੱਡੇ ਤੋਂ ਵੱਡਾ ਬੰਦਾ ਜੇ ਉਹ ਗੁਰੂ ਸਾਹਿਬ ਦੀ ਬੇਦਬੀ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਤਾਂ ਉਹ ਸਾਡਾ ਕੁਝ ਨਹੀਂ ਲੱਗਦਾ ਕਿਹੜੀ ਸਰਕਾਰ ਤੋਂ ਜਾਂਚ ਕਰਾਉਣੀ ਸੀ ਤੁਹਾਡੀਆਂ ਸਰਕਾਰਾਂ ਸੀ ਦੋਨੋਂ ਦੋਨੋਂ ਥਾਂ ਤੇ ਤੁਹਾਡੀਆਂ ਸਰਕਾਰਾਂ ਸੀ ਡੀਜੀਪੀ ਵੀ ਅਸੀਂ ਬਦਲਤਾ ਅਸੀਂ 10 ਪੁਲਿਸ ਅਫਸਰਾਂ ਦਾ ਡੀਜੀਪੀ ਬਦਲਤਾ ਡੀਜੀਪੀ ਲਾਇਆ ਕਿਉਂ ਸੀ ਇਹ ਤਾਂ ਨਹੀਂ ਦੱਸਿਆ ਤੁਸੀਂ ਗੋਨੇ ਕਰ ਤੁਹਾਡੀ ਸਰਕਾਰ ਹੈ ਜਾਂ ਪੰਥਪ੍ਰੀਤਾਂ ਢੱਡਰੀਆਂ ਬਲੇ ਅਸੀਂ ਬੇਅਦਬੀ ਦੇ ਵਿੱਚ ਸ਼ਾਮਲ ਨਹੀਂ ਜੋ ਤੱਕ ਤੁਸੀਂ ਸਰਕਾਰ ਵੇ ਸੀਗੇ ਤੁਸੀਂ ਕਦੇ ਨਹੀਂ ਕਿਹਾ ਡੇਰਾ ਬੈਨ ਕਰ ਦੋ ਡੇਰੇ ਸਭ ਤੋਂ ਵੱਧ ਖਲਾਫਤਾ ਅਸੀਂ ਹੂ ਸੀਗੇ ਡੇਰੇ ਤੋਂ ਵੋਟਾਂ ਮੰਗਦੇ ਰਹੇ ਤੁਸੀਂ ਇਹ ਵੋਟਾਂ ਮੰਗੀਆਂ ਗਲਤੀ ਮੰਨੀ ਅਸੀਂ ਐਸਐਸਪੀ ਦੇ ਕੋਲੋਂ ਤੁਸੀਂ ਬਹੁਤ ਡਿਮਾਂਡ ਕਰ ਚੁੱਕੇ ਹੋ ਪੁਲਿਸ ਤੁਹਾਡੀ ਗੱਲ ਨਹੀਂ ਸੁਣਦੀ ਭਈ ਕੀ ਮੈਂਟਰੀ ਤੇ ਉਹਦੇ ਪਰੇਸ਼ਾਨ ਹੋ ਕੇ ਇੰਨੀ 150 ਕਿਲੋਮੀਟਰ ਦੂਰ ਆ ਕੇ ਇਹਨੂੰ ਇਹ ਕਾਰਵਾਈ ਕਰਨੀ ਡਰਦੇ ਕਿਉਂ ਤੁਸੀਂ ਡਰਨ ਦਾ ਡਰਨ ਵਾਲੀ ਗੱਲ ਤਾਂ ਇੱਕ ਵੀ ਦੱਸ ਦਿਓ ਤੁਸੀਂ ਕਿਸੇ ਤਨੋਂ ਬਿਆਨ ਦੇਣ ਦੀ ਲੋੜ ਕਿਉਂ ਆ ਇਹੜੇ ਪੁਲਿਸ ਅਫਸਰਾਂ ਨੂੰ ਹੁਣ ਬਾਗਡੋਰ ਦਿੱਤੀ ਜਾ ਰਹੀ ਆ ਉਹਨਾਂ ਨਾਲ ਸ਼ਰਤ ਰੱਖੀ ਜਾ ਰਹੀ ਆ ਤੁਹਾਨੂੰ ਕਾਨੂੰਨ ਤੇ ਵਿਸ਼ਵਾਸ ਨਹੀਂ ਹੈਗਾ ਪਿਛਲੀ ਵਾਰੀ ਚ ਕੈਪਟਨ ਸਾਹਿਬ ਨੇ ਬਾਦਸਾਹ ਨੂੰ ਅੰਦਰ ਕੀਤਾ ਨਾ ਬਾਦਸਾਹ ਨੂੰ ਅੰਦਰ ਦਿੱਤਾ ਸੀ ਸਰਕਾਰ ਆ ਗਈ ਨਾ ਤੁਹਾਡੀ ਤਸਵੀਰ ਵਾਲ ਨੂੰ ਅੰਦਰ ਦੇਣ ਕੇ ਸਰਕਾਰਾਂ ਨੂੰ ਜੀ ਜੀ ਉਹ ਦੇ ਦੇਣ ਕੋਈ ਪ੍ਰੋਬਲਮ ਨਹੀਂ ਡੇਰਾ ਮੁਖੀ ਨੂੰ ਮਾਫੀ ਕੋ ਦਿੱਤੀ। ਸ੍ਰੀ ਕਾਲ ਤਖਤ ਸਾਹਿਬ ਦੇ ਜਹਦਾਦਰ ਸਾਹਿਬ ਨੇ ਇਹ ਗੱਲ ਮੰਨੀ ਹੈ ਕਿ ਸਾਡੇ ਤੋਂ ਗਲਤ ਗੱਲ ਹੋਈ ਹੈ। ਵਿਦੇਸ਼ੀ ਤਾਕਤ ਹੈ ਕੋਈ ਜਾਂ ਇੱਥੇ ਹੀ ਕੋਈ ਤਾਕਤ ਬੈਠੀ ਹੈ। ਐਸ.ਪੀ.ਸੀ ਨੇ ਇੰਨੀ ਕੋਖਤਾ ਕੀਤੀ ਹੋਗੀ। ਜੇ ਅਸੀਂ ਮੌਕੇ ਤੇ ਫੜੇ ਤਾਂ ਇਸ ਗੱਲ ਦਾ ਕਲੂਰ ਹੀ ਲੱਭ ਸਕਦੇ। ਤਾਂ ਫਿਰ ਸਾਡੀ ਜਾਂ ਤਾਂ ਮਨਸ਼ਾ ਮਾੜੀ ਹੈ ਜਾਂ ਅਸੀਂ ਨਹੀਂ ਲੱਗੇ। ਤੇ ਕਸ਼ਮੀਰ ਮਾਮਲੇ ਵਿੱਚ ਅਕਾਲੀ ਦਲ ਨੇ ਭਾਜਪਾ ਦੇ ਹੱਕ ਵਿੱਚ ਵੋਟ ਕਿਉਂ ਪਾਈ? 1970 ਦੇ ਮਾਮਲੇ ਵਿੱਚ। ਹੋ ਸਕਦਾ ਵੀ ਉਦੋਂ ਗੱਠਜੋੜ ਦੇ ਵਿੱਚ ਸਾਤ ਹੋਏ ਗਲਤੀ ਹੋ ਗਈ ਹੋਵੇ। ਜਾਸਤੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ 뷰ਪੁਆਇੰਟ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਸ਼੍ਰੋਮਣੀ ਕਮੇਟੀ ਤੇ ਬਹੁਤ ਸਾਰੇ ਸਵਾਲ ਉੱਠਦੇ ਆ ਸਮੇਂ-ਸਮੇਂ ਤੇ ਸਵਾਲ ਉੱਠਦੇ ਆ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਬੜਾ ਲੰਮਾ ਹੈ ਤੇ ਇਸ ਇਤਿਹਾਸ ਦੇ ਵਿੱਚ ਜਦੋਂ ਬੇਅਦਬੀਆਂ ਹੋਈਆਂ ਤਾਂ ਫਿਰ ਸ਼੍ਰੋਮਣੀ ਕਮੇਟੀ ਤੇ ਸਵਾਲ ਚੁੱਕੇ ਗਏ ਡੇਰਾ ਪ੍ਰੇਮੀਆ ਤੇ ਸਵਾਲ ਚੁੱਕੇ ਜਾ ਰਹੇ ਆ ਤੇ ਸ਼੍ਰੋਮਣੀ ਕਮੇਟੀ ਹੁਣ ਮੁਖਰੋ ਕੇ ਸਵਾਲ ਚੁੱਕਦੀ ਪਈ ਹੈ ਡੇਰੇ ਤੇ ਸਿੱਧੇ-ਸਿੱਧੇ ਤੇ ਹੁਣ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਬੇਅਦਬੀ ਦਾ ਮਾਮਲਾ ਹੋਇਆ ਬਰਗਾੜੀ ਬੇਅਦਬੀ ਤੇ ਸ਼੍ਰੋਮਣੀ ਕਮੇਟੀ ਦੀ ਕੀ ਭੂਮਿਕਾ ਰਹੀ ਹੈ ਸਾਰੇ ਸਵਾਲ ਸ਼੍ਰੋਮਣੀ ਕਮੇਟੀ ਨੂੰ ਹੋਣੇ ਲਾਸਟ ਵੀ ਹੈ ਇਹਨਾਂ ਸਵਾਲਾਂ ਦਾ ਜਵਾਬ ਦੇਣ ਦੇ ਲਈ ਅਸੀਂ ਅੱਜ ਸੱਦਿਆ ਗੁਰਚੰਦ ਸਿੰਘ ਗਰੇਵਾਲ ਹਰਾਨੋ ਗੁਰਚੰਦ ਸਿੰਘ ਗਰੇਵਾਲ ਸਿਕਸ ਸਟੂਡੈਂਟ ਫੈਡਰੇਸ਼ਨ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ ਵੀ ਸਰਪ੍ਰਸਤ ਦੇ ਤੌਰ ਤੇ ਕੰਮ ਕਰਦੇ ਆ ਐਸਐਸ ਬੋਰਡ ਤੇ ਮੈਂਬਰ ਰਹੇ ਆ ਇਹ ਇਸ ਤੋਂ ਇਲਾਵਾ ਸਿਮਰ ਸਿੰਘ ਮਾਨ ਹਰਾਨ ਨਾਲ ਇਹਨਾਂ ਦੀ ਸਾਂਝੀ ਜਿਹੜੀ ਉਹ ਸਿਆਸੀ ਪਾਰੀ ਰਹੀ ਹੈ ਪਰ ਉਸ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਲ ਹੋ ਗਏ ਐਸਜੀਪੀਸੀ ਦੇ ਪਹਿਲੀ ਵਾਰੀ ਮੈਂਬਰ ਬਣੇ ਉਸ ਤੋਂ ਬਾਅਦ ਚੋਣਾ ਨਹੀਂ ਹੋਇਆ 10 ਸਾਲ ਤੋ ਮੈਂਬਰ ਨੇ ਤੇ ਗੁਰਚੰਦ ਸਿੰਘ ਗਰੇਵਾਲ ਪੜ੍ਹੇ ਲਿਖਿਆ ਆਖੂ ਨੇ ਇੰਜੀਨੀਅਰਿੰਗ ਇਹਨਾਂ ਨੂੰ ਛੱਡਣੀ ਪਈ ਗੁਣਾਨਿਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਇਹ ਪੜ੍ਹਦੇ ਸੀਗੇ ਜਦੋਂ ਇਹ 84 ਹੁੰਦਾ 84 ਹੁੰਦਾ ਫਿਰ ਇਹ ਜੋਧਪੁਰ ਜੇਲ੍ਹ ਗਏ ਆ ਤੇ ਜੇਲ੍ਹ ਦੇ ਵਿੱਚ ਹੀ ਇਹਨਾਂ ਨੇ ਐਮਬੀਏ ਦੀ ਪੜ੍ਹਾਈ ਕੀਤੀ ਆ ਤੇ ਹੁਣ ਸਾਡੇ ਨਾਲ ਬੈਠੇ ਗੁਰਚੰਦ ਸਿੰਘ ਗਰੇਵਾਲ ਤੁਹਾਡਾ ਬਹੁਤ ਸਵਾਗਤ ਹੈ ਸਰ ਗਰੇਵਾਲ ਸਾਹਿਬ ਸ਼੍ਰੋਮਣੀ ਕਮੇਟੀ ਤੇ ਬਹੁਤ سارے ਸਵਾਲ ਉੱਠਦੇ ਆ ਸਵਾਲ ਤਖਸ਼ਰੀ ਕੇਸਕਰ ਸਾਹਿਬ ਜਿਹੜੀ ਬੇਅਦਬੀ ਹੋਈ ਹੈ ਉਸ ਮਾਮਲੇ 'ਚ ਉੱਠਿਆ। ਕੋਤਾਈ ਕਿੱਥੇ ਵਰਤੀ ਗਈ? ਦੇਖੋ ਜੀ ਜਿਹੜਾ ਤੁਸੀਂ ਪਹਿਲਾ ਸਵਾਲ ਕੀਤਾ ਕਿ ਸਵਾਲ ਉੱਠਦੇ ਆ। ਸਵਾਲ ਉੱਠਣਾ ਕੋਈ ਮਾੜੀ ਗੱਲ ਨਹੀਂ। ਜਿਹੜਾ ਪ੍ਰਬੰਧ ਆ ਜਿਸ ਜੋ ਪ੍ਰਬੰਧ ਕਰ ਰਿਹਾ ਉਸ ਦੇ ਪ੍ਰਬੰਧਾਂ ਦੇ ਵਿੱਚ ਘਾਟ ਰਹਿ ਸਕਦੀ ਆ। ਅ ਅਣਗਹਿਲੀ ਵੀ ਹੋ ਸਕਦੀ ਆ ਤੇ ਜਾਣ ਬੁੱਝ ਕੇ ਕਾਰਵਾਈ ਵੀ ਹੋ ਸਕਦੀ ਆ ਇਸ ਗੱਲ ਹੀ ਸਵਾਲ ਉੱਠਣੇ ਕੋਈ ਮਾੜੀ ਗੱਲ ਨਹੀਂ ਗੱਲੀਆਂ ਕਿਉਂ ਹੋ ਰਹੀਆਂ ਬਾਤਾਂ ਲਾਪਰਵਾਹੀਆਂ ਕਿਉਂ ਹੋ ਰਹੀਆਂ ਮੈਂ ਉਸ ਗੱਲ ਤੇ ਆਉਣਾ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਰਦਾ ਕਿ ਜਿਹੜਾ ਇਹ ਸ਼ਰੌਣੀ ਗੁਰਦੁਆਰਾਪਨ ਦੇ ਕਮੇਟੀ ਆ ਇਹ ਸਿੱਖਾਂ ਦੀ ਚੁਣੀ ਹੋਈ ਸੰਸਥਾ ਬੜੀ ਵੱਡੀ ਗੱਲ ਹੈ ਛੋਟੀ ਜੀ ਗੱਲ ਨਹੀਂ ਪ੍ਰਾਪਤੀ ਆ ਇਹ ਜੋ ਦੂਸਰੀਆਂ ਸਾਰੀਆਂ ਕੌਮਾਂ ਦੇ ਜਿਹੜੇ ਇਸ ਤਰ੍ਹਾਂ ਦਾ ਕੋਈ ਉਹਨਾਂ ਕੋਲੇ ਸਿਸਟਮ ਨਹੀਂ ਹੈਗਾ ਸੈਟਅਪ ਨਹੀਂ ਹੈਗਾ ਜਿਹੜਾ ਕਿ ਚੁਣਿਆ ਜਾਵੇ ਇਹ ਗੱਲ ਤਾਂ ਸਾਨੂੰ ਮੰਨਣੀ ਚਾਹੀਦੀ ਆ ਕਿ ਇਹ ਕੁਝ ਲੋਕ ਇਸ ਤਰ੍ਹਾਂ ਦੀ ਗੱਲ ਭੁਲਾਉਂਦੇ ਆ ਕਿ ਇੱਥੇ ਕਾਬਜ ਨੇ ਕੁਝ ਲੋਕ ਸਿਆਸੀ ਲੀਡਰਾਂ ਦੇ ਨਾਂ ਨਾ ਜੋੜਦੇ ਆ ਮੈਂ ਇੱਥੇ ਬੇਨਤੀ ਤੁਹਾਡੀ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਕਰਦਾ ਕਿ ਸ਼੍ਰੋਣੀ ਕਮੇਟੀ ਤੇ ਕੋਈ ਕਾਬਜ ਨਹੀਂ ਹੁੰਦਾ ਕੋਈ ਕਾਬਜ ਨਹੀਂ ਹੁੰਦਾ ਹਰ ਸਿੱਖ ਵੋਟ ਪਾਉਂਦਾ ਵੋਟ ਮੈਂਬਰ ਚੁਣਦਾ ਮੈਂਬਰ ਪ੍ਰਧਾਨ ਚੁਣਦਾ ਉਹਦੇ ਲਈ ਦੂਸ਼ਣਬਾਜੀ ਰਾਜਸੀ ਤੌਰ ਤੇ ਜਿੰਨੀ ਮਰਜ਼ੀ ਲਾਈ ਜਾਵੇ ਇਸ ਕਰਕੇ ਇਸ ਨੂੰ ਕਾਬਜ ਦੇ ਤੌਰ ਤੇ ਨਾ ਕਿਹਾ ਜਾਵੇ ਵੋਟਾਂ ਪਈਆਂ ਜਿਹੜੇ ਜਿੱਤ ਕੇ ਆ ਗਏ ਉਹ ਠੀਕ ਹੈ ਕਿ ਉਹ ਇੱਕ ਬਾਦਲ ਅਕਾਲੀ ਦਾ ਜਿਹੜਾ ਸਿਆਸੀ ਤੌਰ ਤੇ ਇੱਥੇ ਕੰਮ ਕਰ ਰਿਹਾ ਉਹਦੇ ਨਾਲ ਬੜ ਲੋਕ ਜੁੜੇ ਨੇ ਤੇ ਇਸ ਕਰਕੇ ਇਹਨੂੰ ਕਾਬਜ ਸ਼ਬਦ ਨਾ ਵਰਤੇ ਜਾਵੇ ਜਿਹੜੀ ਮੈਂ ਦੂਜੀ ਗੱਲ ਕਰਦਾ ਜੋ ਬੇਅਦਵੀ ਦਾ ਮਸਲਾ ਆ ਗਿਆ ਬਹੁਤ ਮੰਦ ਭਾਗੀ ਬਹੁਤ ਮਾੜੀ ਗੱਲ ਹੈ ਸਾਨੂੰ ਸਾਰਿਆਂ ਨੂੰ ਇਹ ਸੋਚਣਾ ਪਏਗਾ ਕਿ ਜਿਹੜੀ ਇਹ ਜਿਹੜੀ ਇਹ ਹਾਲਾਤ ਬਣ ਗਏ ਨੇ ਪਹਿਲਾਂ ਤਾਂ ਸਿਰਫ ਇੱਕ ਦੂਸ਼ਣਬਾਜੀ ਹੋਇਆ ਕਰਦੀ ਸੀ ਫਿਰ ਉਹਨੂੰ ਜਾਤ ਪਾਤ ਦੇ ਨਾਂ ਤੇ ਵੰਡਿਆ ਗਿਆ ਫਿਰ ਹਾਲਾਤ ਦੇਖੋ ਇਸ ਤਰ੍ਹਾਂ ਦੇ ਹੋ ਗਏ ਕਿ ਅਸੀਂ ਪਹਿਲਾਂ ਕੋਈ ਪੂਛਾ ਸਿੜ ਦਿੰਦੇ ਸੀ ਕੋਈ ਬੀੜੀਆਂ ਸਿੜ ਦਿੰਦੇ ਸੀ ਉਸ ਲੈਵਲ ਤੱਕ ਚੱਲਦਾ ਸੀ ਇਹ ਏਡੀ ਵੱਡੀ ਕਾਨੂੰਨੀ ਗੱਲ ਹੋ ਗਈ ਕਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਇਹ ਕੋਈ ਛੋਟੀ ਜੀ ਗੱਲ ਨਹੀਂ ਇਹ ਧਰਤੀ ਤੇ ਬਹੁਤ ਵੱਡਾ ਕੋਰ ਪਾਪ ਹੈ ਉਹ ਪਾਪ ਲਗਾਤਾਰ ਚੱਲ ਰਿਹਾ ਅੱਜ ਤੁਸੀਂ ਦੇਖੋ ਕਿ ਪਿਛਲੀ ਕਾਲੀ ਸਰਕਾਰ ਦੇ ਸਮੇਂ ਚ ਬਰਗਾੜੀ ਵਾਪਰਿਆ ਅਸੀਂ ਇਸ ਗੱਲ ਅੱਜ 4.5 ਸਾਲ ਜਿਸ ਗੱਲ ਨੂੰ ਲੈ ਕੇ ਕਾਂਗਰਸ ਦੀ ਸਰਕਾਰ ਆਈ ਸੌਆਂ ਖਾਧੀਆਂ ਮੰਤਰੀਆਂ ਨੇ ਝੋਲੀਆਂ ਆਡੀਆਂ ਸਭ ਕੁਝ ਕੀਤਾ ਉਹ ਕਹਿੰਦੇ ਜੀ ਹਫ਼ਤਿਆਂ ਦੇ ਵਿੱਚ ਹੀ ਇਹ ਫੈਸਲਾ ਕਰ ਦਿਆਂਗੇ ਪਰ ਅੱਜ ਤੱਕ ਉਹ ਫੈਸਲਾ ਨਹੀਂ ਹੋ ਸਕਿਆ ਅਸੀਂ ਕਬੂਲ ਕੀਤਾ ਲੋਕਾਂ ਨੇ ਸਾਨੂੰ ਇਸ ਗੱਲ ਦੇ ਰੋਸ ਵਿੱਚੋਂ ਫਤਵਾ ਦਿੱਤਾ ਅਸੀਂ ਉਹ ਫਤਵੇ ਨੂੰ ਕਬੂਲ ਕੀਤਾ ਅੱਜ ਅੱਜ ਲਾਈਵ ਤੇ ਮੈਂ ਇਹ ਗੱਲ ਕਹਿਣਾ ਕਿ ਸਾਡੀ ਨਲਾਇਕੀ ਸੀ ਇੱਕੋ ਹੀ ਗੱਲ ਦੀ ਕਿ ਅਸੀਂ ਉਹਨਾਂ ਦੋਸ਼ੀਆਂ ਨੂੰ ਆਪ ਦੇ ਉਸ ਸਮੇਂ ਵਿੱਚ ਸਜ਼ਾ ਨਾ ਦੇ ਸਕੇ ਸਿਰਫ ਸਾਡੀ ਇੱਕੋ ਹੀ ਗਲਤੀ ਸੀ ਉਸ ਗੱਲ ਦੇ ਵਿੱਚ ਅਸੀਂ ਸ਼ਾਮਲ ਨਹੀਂ ਸੀ ਉਸ ਗੱਲ ਦੇ ਵਿੱਚ ਕਿਸੇ ਤਰ੍ਹਾਂ ਸਾਡੀ ਸ਼ਮੂਲੀਅਤ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਦੇ ਵਿੱਚ ਕੋਈ ਉਂਗਲ ਚੁੱਕੇ ਉਸ ਗੱਲ ਦੇ ਅਸੀਂ ਅਕਾਲੀ ਦਲ ਖਿਲਾਫ ਆ ਕਿਉਂਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਰਾਸ ਹੀ ਤੌਰ ਤੇ ਵਿਰੋਧ ਕਰਨ ਵਾਲੇ ਬਹੁਤ ਲੋਕ ਨਹੀਂ ਕੋਈ ਗੱਲ ਨਹੀਂ ਉਹਨਾਂ ਦਾ ਵਿਰੋਧ ਅਸੀਂ ਝੋਲੀ ਪਾਵਾਂਗੇ ਪਰ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੋਈਆਂ ਅੱਜ ਉਹ ਚੀਜ਼ ਦਾ ਨਿਰਣਾ ਸਾਡੇ ਸਾਹਮਣੇ ਆ ਗਿਆ ਪਰ ਦੁੱਖ ਇਸ ਗੱਲ ਦਾ ਕਿ ਫੇਰ ਚੋਣਾ ਆ ਰਹੀਆਂ ਤੇ ਚੋਣਾ ਤੋਂ ਬਾਅਦ ਜਿਸ ਘਟਨਾ 'ਤੇ ਅਸੀਂ ਗੱਲ ਕਰ ਰਹੇ ਹਾਂ ਬੜੀ ਵੱਡੀ ਘਟਨਾ ਬੜੀ ਵੱਡੀ ਇਹ ਦੇ ਮਗਰ ਸਾਜ਼ਿਸ਼ ਹੈ ਹੁਣ ਤੁਸੀਂ ਸ਼ਰਮਣੀ ਕਮੇਟੀ ਤੇ ਉਂਗਲ ਚੁੱਕੀ ਆ ਬਿਲਕੁਲ ਜਾਇਜ਼ ਆ ਕਿਉਂਕਿ ਪ੍ਰਬੰਧ ਉੱਥੇ ਸ਼ਰਮਣੀ ਕਮੇਟੀ ਦਾ ਸ਼ਰਮਣੀ ਕਮੇਟੀ ਦਾ ਉੱਥੇ ਮੈਨੇਜਰ ਆ ਸ਼ਰਮਣੀ ਕਮੇਟੀ ਦਾ ਉੱਥੇ ਹੈੱਡ ਗਰੰਥੀ ਆ ਉਹਦੀ ਹਾਜ਼ਰੀ ਜੇ ਸਾਰਾ ਕੁਝ ਵਾਪਰਿਆ ਤੇ ਇਸ ਗੱਲ ਲਈ ਤੁਸੀਂ ਜਿਹੜੀ ਉਂਗਲ ਚੁੱਕ ਰਹੇ ਹੋ ਸਵਾਲ ਕਰ ਰਹੇ ਹੋ ਤੁਹਾਡਾ ਸਵਾਲ ਪੁੱਛਣਾ ਵਾਜਬ ਆ ਤੇ ਜਿਹੜੀਆਂ ਜਥੇਬੰਦੀਆਂ ਉੱਥੇ ਪ੍ਰੋਟੈਸਟ ਕਰਦੇ ਆ ਮੈਂ ਤਾਂ ਉਹਨਾਂ ਦਾ ਸਵਾਲ ਲੈ ਕੇ ਆ ਉਹ ਤਾਂ ਕਹਿੰਦੇ ਜਥੇਦਾਰ ਨੂੰ ਹਟਾ ਦਿਓ ਤਫਸੀਲ ਕੇਸ ਗੜ ਸਾਹਿਬ ਦੇ ਦੇਖੋ ਮੈਂ ਗੱਲ ਕਰਦਾ ਮੈਂ ਕਿਸੇ ਦੀ ਤਰਫਦਾਰੀ ਨਹੀਂ ਕਰਦਾ ਗੁਰੂ ਦੇ ਮਾਮਲੇ ਚ ਤਰਫ ਮੈਂ ਬਖਸ਼ਾ ਨਹੀਂ ਜਾਊਗਾ ਸੋ ਦੇਖੋ ਇੱਕ ਗੱਲ ਸਾਨੂੰ ਵਿਚਾਰਨੀ ਚਾਹੀਦੀ ਆ ਕਿ ਜਿਹੜਾ ਉਹ ਬੰਦਾ ਪਰਮਜੀਤ ਨਾਂ ਦਾ ਬੰਦਾ ਲੁਧਿਆਣੇ ਤੋਂ ਚੱਲਦਾ ਆ ਆਪਦੀ ਇੱਕ ਗੱਡੀ ਚਾ ਰਿਆ ਉਹਦੀ ਨੋਵਾ ਸ਼ਾਇਦ ਗੱਡੀ ਆ ਬੜੀ ਵਧੀਆ ਢੰਗ ਨਾਲ ਰਾਤ ਨੂੰ 12 ਵਜੇ ਉੱਥੇ ਪਹੁੰਚਦਾ 12 ਵਜੇ ਉਹ ਉਹਦੇ ਸੀਸੀਟੀਵੀ 'ਚ ਜੋ ਗਲਵਾਤ ਆਉਂਦੀ ਆ ਕਿ ਉਹ ਲੰਗਰ ਵਾਲੇ ਪਾਸੇ ਜਾਂਦਾ ਕਦੇ ਹੋਰ ਪਾਸੇ ਜਾਂਦਾ ਡੇਢ ਡੇਢ ਵਜੇ ਉਹ ਕਿਹਨਾ ਤਖਤ ਸਾਹਿਬ ਦੇ ਸਾਹਮਣੇ ਆ ਜਾਂਦਾ ਉਸ ਤੋਂ ਬਾਅਦ ਉਹ ਜਦੋਂ ਉੱਥੇ ਗੁਰੂ ਸਾਹਿਬ ਦਾ ਜਿਹਦੀ ਕਿ ਸਵਾਰੀ ਆਉਣੀ ਆ ਉਸ ਤੋਂ ਪਹਿਲਾਂ ਉੱਥੇ ਹਾਲ ਦੇ ਵਿੱਚ ਚਲਾ ਜਾਂਦਾ ਉਹਦੇ ਸਿਰ ਤੇ ਰਮਾਲ ਬੰਨਿਆ ਹੁੰਦਾ ਤੇ ਉਹ ਮੋਨਾ ਬੰਦਾ ਵਾ ਤੇ ਉੱਥੇ ਚਲਾ ਜਾਂਦਾ ਉੱਥੇ ਜਾ ਕੇ ਜਦੋਂ ਗੁਰੂ ਸਾਹਿਬ ਦੀ ਸਵਾਰੀ ਆਉਣ ਲੱਗਦੀ ਆ ਉਦੋਂ ਉਸ ਤੋਂ ਬਾਅਦ ਉਹ ਮਗਰਲੇ ਪਾਸੇ ਜਾ ਕੇ ਇਥੇ ਸ਼ਾਸਤਰ ਪਾਇ ਉਹਦੇ ਮਗਰਲੇ ਪਾਸੇ ਜਾ ਕੇ ਉਹ ਲਾਈਟਰ ਦੇ ਨਾਲ ਬੀੜੀ ਜਲਾਉਂਦਾ ਤੇ ਬੀੜੀ ਜਲਾ ਕੇ ਉਹ ਅਗਲੇ ਪਾਸੇ ਆਉਂਦਾ ਉਹਦੇ ਸਿਰ ਤੋਂ ਪੜਕਾ ਲਾਉਂਦਾ ਤੇ ਉਹ ਜਿਹੜੇ ਰਾਗੀ ਸਿੰਘ ਬੈਠੇ ਆ ਉਹਨਾਂ ਤੇ ਉਹ ਧੂਆਂ ਮਾਰਦਾ ਇੰਟੈਂਸ਼ਨਲੀ ਕਰਦਾ ਅਚਾਨਕ ਵਾਪਰੀ ਕੋਈ ਗੱਲ ਨਹੀਂ ਗਈ ਸਾਰੀ ਸੋਝੀਆਂ ਨੂੰ ਤੇ ਉਸ ਤੋਂ ਬਾਅਦ ਉਹ ਬੀੜੀ ਉੱਥੇ ਸਿੜਦਾ ਹੁਣ ਮੈਂ ਦੱਸਦਾ ਕਿ ਇਹ ਸਾਰਾ ਘਟਨਾਕਰਮ ਵਾਪਰਿਆ ਉੱਥੇ ਜੇ ਜੇ ਆਪਾਂ ਇਹ ਗੱਲ ਕਰੀਏ ਕਿ ਇੱਥੇ ਜੀ ਤਲਾਸ਼ੀ ਲੈ ਕੇ ਆਉਣ ਦੀ ਗੱਲ ਉਹ ਤਲਾਸ਼ੀ ਦੇ ਵਿੱਚ ਬਹੁਤ ਸਾਰਾ ਕੁਝ ਹੁੰਦਾ ਗੁਰੂਕਰ ਸਾਹਿਬ ਲਈ ਸਾਂਝਾ ਗਰੇਵਲ ਸਾਹਿਬ ਗਰੇਵਲ ਸਾਹਿਬ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਇਤفاق ਰੱਖ ਸਕਦਾ ਪਰ ਸਵਾਲ ਇਹ ਹੈ ਉੱਥੇ ਤਾਂ ਟਾਸਕ ਫੋਰਸ ਲੱਗੀ ਹੋਈ ਹੈ ਜਿਹੜੇ ਤੁਹਾਡੇ ਸੀਸੀਟੀਵੀ ਕੈਮਰੇ ਆ ਉਹਨਾਂ ਨੂੰ ਤਾਂ ਅਸੀਂ ਮਾਨੀਟਰ ਕਰਦੇ ਹਾਂ ਤੇ ਮੈਂ ਉਹ ਸਾਰਾ ਦੇਖਿਆ ਹੋਇਆ ਪੂਰਾ ਸਾਰਾ ਢਾਂਚਾ ਤੁਹਾਡਾ ਦੇਖਿਆ ਹੋਇਆ ਉਸ ਨੂੰ ਮਾਨੀਟਰ ਕਰਨ ਵਾਲੀ ਟੀਮ ਦਾ ਕੀ ਬਣਿਆ ਉਸ ਟਾਸਕ ਫੋਰਸ ਜਿਹੜੀ ਉੱਥੇ ਲੱਗੀ ਹੋਈ ਸੀ ਉਹਨਾਂ ਦਾ ਕੀ ਬਣਿਆ ਕੋਤਾਈ ਤਾਂ ਹੋਈ ਹੈ ਨਾ ਤਾਨੂੰ ਤੇ ਐਡਮਿਟ ਕਰਨਾ ਚਾਹੀਦਾ ਜਥੇਬੰਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਉਥੇ ਪ੍ਰੋਟੈਸਟ ਕਰਦੀਆਂ ਪਈਆਂ ਤੁਹਾਨੂੰ ਪਹਿਲਾਂ ਹੀ ਅੱਗੇ ਆਣਾ ਚਾਹੀਦਾ ਵੀ ਇਹ ਸਾਡੀ ਗਲਤੀ ਹੈ ਦੇਖੋ ਜੀ ਮੇਰੀ ਸੋਚ ਨਾਲ ਜਿੱਥੇ ਇਹ ਇੱਥੇ ਇਹੋ ਹੀ ਗੱਲ ਆ ਜਿਹੜੀ ਆਪਾਂ ਨੂੰ ਸਮਝਣੀ ਚਾਹੀਦੀ ਆ ਇਹਦਾ ਮਤਲਬ ਇਹ ਨਹੀਂ ਆ ਕਿ ਇਹ ਜਿਹੜੀ ਉਥੇ ਘਟਨਾ ਵਾਪਰ ਗਈ ਆ ਉਹਦੇ ਚ ਇਹ ਸਾਰੇ ਬੰਦੇ ਦੋਸ਼ੀ ਹੋਣਗੇ ਤੁਸੀਂ ਆਪ ਸਾਰਾ ਦੇਖੋ ਕਿ ਉਥੇ ਇੱਕ ਸ਼ਰਧਾਲੂ ਦੇ ਤੌਰ ਤੇ ਕੋਈ ਆ ਜਾਂਦਾ ਕੋਈ ਜਦੋਂ ਉਹ ਇਹ ਕਾਰਵਾਈ ਕਰਦਾ ਉਹਨੂੰ 2-4 ਸਕਿੰਟ ਦੇ ਬਾਅਦ ਹੀ 2-4 ਸਕਿੰਟ ਦੇ ਬਾਅਦ ਹੀ ਤੁਸੀਂ ਲਾਈਵ ਦੇਖੋ ਜਿਹੜੇ ਉਥੋਂ ਦੀ ਫੁਟੇਜ ਆ ਜਦੋਂ ਉਹ ਇਹ ਕਾਰਵਾਈ ਕਰਦਾ ਉਦੋਂ ਹੀ ਉਥੇ ਜਿਹੜਾ ਪੁਲਿਸ ਦਾ ਕਰਮਚਾਰੀ ਹੈ ਜਿਹੜਾ ਸਿਵਲ ਵਰਦੀ ਚੋਂਥੇ ਆ 2-4 ਸਕਿੰਟ ਬਾਅਦ ਹੀ ਉਹਨੂੰ ਫੜ ਲੈਂਦਾ ਉਹਨੂੰ ਫੜ ਕੇ ਉਥੋਂ ਬਾਹਰ ਲੈ ਜਾਂਦੇ ਆ ਉਥੇ ਉਹਦੇ ਜਿਹੜੇ ਕਿਨਾਂ ਸਾਡੇ ਸ਼ਰੋਣੀ ਕਮੇਟੀ ਦੇ ਕਰਮਚਾਰੀ ਆ ਉਹਦੀ ਉਹਦੀਆਂ ਕਿਨਾਂ ਸੇਵਾ ਵੀ ਥੋੜੀ ਬੋਧੀ ਕਰਦੇ ਆ ਫਿਰ ਉਸੇ ਦੌਰਾਨ ਜਿਹੜਾ ਮੁੰਡਾ ਸੀਸੀਟੀਵੀ ਤੇ ਬੈਠਾ ਹੁੰਦਾ ਥੱਲੇ ਉਹ ਵੀ ਚੱਲ ਕੇ ਆਉਂਦਾ ਉਥੇ ਉਹਦੀ ਧਣਾਈ ਕੀਤੀ ਜਾਂਦੀ ਆ ਉਹ ਜਿਹੜਾ ਪੁਲਿਸ ਬੰਦਾ ਵਾਲਾ ਬੰਦਾ ਉਹ ਫੋਨ ਕਰਦਾ ਪੁਲਿਸ ਵਾਲਿਆਂ ਨੂੰ ਤੇ ਪੁਲਿਸ ਆ ਜਾਂਦੀ ਹੈ ਜਿੰਨਾ ਇਹ ਘਟਨਾ ਕਰਮਾ ਇਹਦੇ ਚਕੰਨੇ ਹੋਣ ਦੇ ਵਿੱਚੋਂ ਕੋਈ ਅਸੀਂ ਉਹਨੂੰ ਦੋਸ਼ੀ ਨਹੀਂ ਕਹਿ ਸਕਦੇ ਕਿ ਵੀ ਉੱਥੇ ਜੀ ਉਹ ਕੋਈ ਸ਼ਰਾਰਤ ਕਰ ਇਹਨਾਂ ਦੀ ਮੰਗ ਜਾਇਜ਼ ਨਹੀਂ ਹੈਗੀ ਇਹਨਾਂ ਦੀ ਮੰਗ ਜਾਇਜ਼ ਨਹੀਂ ਹੈਗੀ ਵੀ ਦੇਖੋ ਭਾਵਨਾ ਗੁਰੂ ਪ੍ਰਤੀ ਸਮਰਪਿਤ ਭਾਵਨਾ ਦਾ ਸਤਿਕਾਰ ਕਰਦੇ ਹਾਂ ਪਰ ਜੇ ਉਹਨਾਂ ਨੇ ਸਾਰਾ ਕੁਝ ਵੇਖਿਆ ਕਿਉਂਕਿ ਸਾਰਿਆਂ ਨੇ ਦੇਖਿਆ ਵੀ ਜੋ ਕੁਝ ਹੋਇਆ ਉਸ ਗੱਲ ਦੇ ਵਿੱਚ ਸ਼ਰੋਣੀ ਕਮੇਟੀ ਦੇ ਪ੍ਰਬੰਧ ਦੇ ਵਿੱਚ ਜੇ ਅਸੀਂ ਕਤਾਹੀ ਕਹੀਏ ਕੋਈ ਕਤਾਹੀ ਨਹੀਂ ਹੈਗੀ ਪਰ ਉਹਦੇ باوجود ਵੀ ਕਿਉਂਕਿ ਜਿਹੜੇ ਬੰਦੇ ਉੱਥੇ ਜਿਨ੍ਹਾਂ ਦੀਆਂ ਡਿਊਟੀਆਂ ਸੀ ਉਹਨਾਂ ਨੂੰ ਉੱਥੋਂ ਬਦਲੀ ਕਰ ਦਿੱਤਾ ਗਿਆ ਤੇ ਉਹਦੇ ਲਈ ਇੱਕ ਪੰਜ ਮੈਂਬਰੀ ਕਮੇਟੀ ਬਣਾ ਕੇ ਉਹਨਾਂ ਦੀ ਇਨਕੁਆਇਰੀ ਹੋ ਗਈ ਹੈ ਜਿਹੜੀ 26 ਤਰੀਕ ਨੂੰ ਰਿਪੋਰਟ ਦੇਗੀ ਕੋਈ ਕਿਸੇ ਤਰ੍ਹਾਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਪਰ ਜਿਹੜੀ ਸ਼ਰੋਣੀ ਕਮੇਟੀ ਆ ਉਹਦੀ ਮਨਸ਼ਾ ਨੂੰ ਸਮਝਿਆ ਜਾਵੇ ਉਹਦੇ ਪ੍ਰਬੰਧ ਦੇ ਵਿੱਚ ਜਿੰਨਾ ਕੁਝ ਵਾਪਰਿਆ ਉਹ ਸਾਰਾ ਆਨਲਾਈਨ ਆ ਪੜਦੇ ਪਿੱਛੇ ਕੁਝ ਹੋਇਆ ਮੈਂ ਇੱਕ ਛੋੜਾ ਬ੍ਰੇਕ ਲਵਾਂਗਾ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਗਰੇਵਾਲ ਸਾਹਿਬ ਤੋਂ ਹੋਰ ਵੀ ਸਵਾਲ ਹੋਣੇ ਆ ਇਹ ਬੇਅਦਬੀ ਦੇ ਮਾਮਲੇ ਦੇ ਪਿੱਛੇ ਕਿਸੇ ਨੂੰ ਕੋਈ ਫਾਇਦਾ ਹੋ ਰਿਹਾ ਕੋਈ ਜਾਣ ਬੁਝ ਕੇ ਕਰਵਾ ਰਿਹਾ ਇਹ ਸਾਜ਼ਿਸ਼ ਤਾਂ ਕਹਿ ਰਿਹਾ ਪਰ ਉਸ ਸਾਜ਼ਿਸ਼ ਦੇ ਪਿੱਛੇ ਕੌਣ ਹੈ ਕਿ ਉਸ ਦੀ ਤਹਿ ਤੱਕ ਸ਼ਰਨਿਕ ਕਮਟੀ ਜਾਊ ਕਿ ਉਸ ਦੀ ਤਹਿ ਤੱਕ ਸਰਕਾਰਾਂ ਜਾਣਖੀਆਂ ਜਾਂ ਇਸ ਦੇ ਪਿੱਛੇ ਸਾਜ਼ਿਸ਼ ਇਹੋ ਜੀ ਹੈ ਜਿਹੜੀ ਵੋਟਾਂ ਦੀ ਗਿਣਤੀ ਮੰਤਿਆਂ ਜੁੜੀ ਹੋਈ ਹੈ ਵਾਪਸ ਆ ਰਿਹਾ ਇੱਕ ਵਾਰ ਫਿਰ ਤੁਹਾਡਾ ਸਵਾਦ ਕਰਦੇ ਹਾਂ ਗੋਚਨ ਸਿੰਘ ਗਰੈਵਲ ਸਾਡੇ ਨਾਲ ਨੇ ਗਰੈਵਲ ਸਾਹਿਬ ਤੁਸੀਂ ਇਹਨੂੰ ਸਾਜ਼ਿਸ਼ ਤਾਂ ਕਹਿ ਦਿੰਦੇ ਹੋ ਸਾਜ਼ਿਸ਼ ਬਰਗਾੜੀ ਵਾਲੇ ਤੁਸੀਂ ਕਹਤੀ ਉਸ ਸਾਜ਼ਿਸ਼ ਦਾ ਹਾਇਤਕਰੇ ਕਿਉਂ ਨਹੀਂ ਪਤਾ ਲੱਗ ਸਕਿਆ ਕਿ ਉਸ ਸਾਜ਼ਿਸ਼ ਦਾ ਫਾਇਦਾ ਕਿੰਨੂੰ ਹੋ ਰਿਹਾ ਹੈ ਦੇਖੋ ਬਗਰਾੜੀ ਵੇਲੇ ਜਿਹੜਾ ਕੁਝ ਵਾਪਰਿਆ ਉਹ ਸਮੇਂ ਫਾਇਦਾ ਕਿਹਨਾਂ ਨੂੰ ਹੋਇਆ ਸਾਰੀ ਦੁਨੀਆ ਜਾਣਦੀ ਹੈ ਅਸੀਂ ਪਿਛਲੇ ਸਮੇਂ ਦੇ ਵਿੱਚ ਇਸ ਗੱਲ ਦੀ ਆਵਾਜ਼ ਬੁਲੰਦ ਕਰਦੇ ਰਹੇ ਕਿਉਂਕਿ ਸਾਨੂੰ ਕਟਾਰੇ ਵਿੱਚ ਕੜਾ ਕੀਤਾ ਗਿਆ ਸੀ ਅਸੀਂ ਇਸ ਕਰਕੇ ਅਸੀਂ ਹੱਥ ਮੰਨ ਕੇ ਖੜੇ ਰਹੇ ਕਿ ਸਾਡੇ ਖਿਲਾਫ ਦੋਸ਼ ਲਿਆਓ ਜਿਹੜਾ ਵੀ ਦੋਸ਼ੀ ਆ ਅਸੀਂ ਇਸ ਗੱਲ ਲਈ ਪੂਰਨ ਤੌਰ ਤੇ ਸਮਰਪਣਾ ਕਿ ਕੋਈ ਵੀ ਭਾਵੇਂ ਕਾਲੀ ਦਲ ਦਾ ਲੀਡਰ ਆ ਜਿਹੜਾ ਜਾਂ ਕੋਈ ਵੱਡੇ ਤੋਂ ਵੱਡਾ ਬੰਦਾ ਜੇ ਉਹ ਗੁਰੂ ਸਾਹਿਬ ਦੀ ਬੇਅਦਬੀ ਦੇ ਵਿੱਚ ਦੋਸ਼ੀ ਪਾਇ ਪਾਇਆ ਜਾਂਦਾ ਤਾਂ ਉਹ ਸਾਡਾ ਕੁਝ ਨਹੀਂ ਲੱਗਦਾ ਅਸੀਂ ਉਹਦੇ ਖਿਲਾਫ ਹਾਂ ਉਦੋਂ ਬਾਅਦ ਫਿਰ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਕਿ ਅਸੀਂ ਸਾਡਾ ਪਰਿਵਾਰ ਜੇ ਇਸ ਗੱਲ 'ਚ ਉਹਦਾ ਕੱਖ ਨਾ ਰਵੇ ਜਿਹੜੇ ਰਾਜਨੀਤੀ ਕਰਦਾ ਕੱਖ ਨਾ ਕਰਨ ਵਾਲਾ ਦਾ ਕੱਖ ਨਾ ਇਹ ਤਾਂ ਪੋਲੀਟੀਕਲ ਬਿਆਨ ਹੈ ਮਰੇਵਾਲ ਸਰ ਇਹ ਪੋਲੀਟੀਕਲ ਨਹੀਂ ਇਹ ਦੋਨੇ ਪੱਖ ਗਰੇਵਾਲ ਸਾਹਿਬ ਨਹੀਂ ਨਹੀਂ ਗਰੇਵਾਲ ਸਾਹਿਬ ਗਰੇਵਾਲ ਸਾਹਿਬ ਦੋਨੇ ਪੱਖੀ ਹੈ ਗਰੇਵਾਲ ਸਾਹਿਬ ਮੈਂ ਤੁਹਾਨੂੰ ਪੂਰਾ ਮੌਕਾ ਦੇ ਰਿਹਾ ਤੁਸੀਂ ਆਦੀ ਗੱਲ ਰੱਖੋ ਮਰੇਵਾਲ ਸਾਹਿਬ ਗਰੇਵਾਲ ਸਾਹਿਬ ਸਵਾਲ ਲਿਓ ਇਹ ਦੋਨੇ ਪੱਖਾਂ ਸਵਾਲ ਹੈ ਗਰੇਵਾਲ ਸਾਹਿਬ ਸਰਕਾਰ ਤੁਹਾਡੀ ਸੀ ਕਾਰਵਾਈ ਤੁਸੀ ਕਰਨੀ ਸੀ ਤੁਸੀਂ ਕਾਰਵਾਈ ਨਹੀਂ ਕੀਤੀ ਦੇ ਰੋਸ ਹੀ ਐਸੀ ਸੰਗਤ ਵਿੱਚ ਸਵਾਰੇ ਵਿੱਚ ਬਹੁਤ ਤਾਂ ਹੀ ਦਮਕ ਹੈ ਨਾ ਜੀ ਰੋਸ ਅਸੀਂ ਝੋਲੀ ਪਾਇਆ ਕੋਈ ਗੱਲ ਨਹੀਂ ਕਿਉਂਕਿ ਸਰਕਾਰ ਸਾਡੀ ਸੀ ਪਰ ਮੈਂ ਇੱਕ ਗੱਲ ਕਰਦਾ ਕਿ ਅਸੀਂ ਉਦੋਂ ਇਸ ਗੱਲ ਦਾ ਪਰ ਅਸੀਂ ਬਾਅਦ ਚ ਇਹ ਗੱਲ ਚੁੱਕੀ ਕਿ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਆਂ ਕੰਮ ਕਰਦੀਆਂ ਉਹ ਕੱਲੇ ਕਾਲੀਦਲ ਦੇ ਇਸ ਦਾਇਰੇ ਤੋਂ ਬਾਹਰ ਨਿਕਲ ਕੇ ਉਸ ਸਮੇਂ ਦੇ ਰਾਜਸੀ ਪਾਰਟੀਆਂ ਜਿਨ੍ਹਾਂ ਨੂੰ ਇਸ ਗੱਲ ਦਾ ਵੋਟਾਂ 'ਚ ਫਾਇਦਾ ਮਿਲਿਆ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਬਾਰੇ ਕਿਉਂ ਨਹੀਂ ਇਨਕੁਆਇਰੀ ਕਰਦੇ ਗਰਵਲ ਸਾਹਿਬ ਅਸੀਂ ਮੈਂ ਸੋਚਦਾ ਗਰਵਲ ਸਾਹਿਬ ਮੈਂ 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 ਤੁਹਾਡੇ ਤੁਹਾਡੇ ਸਵਾਲ ਨੂੰ ਅੱਗੇ ਵਧਾ ਗਰਵਲ ਸਾਹਿਬ ਤੁਹਾਡੇ ਕੋਲ 1.5 ਸਾਲ ਸੀਗਾ ਉਸ ਤੋਂ ਬਾਅਦ ਜਦੋਂ ਇਹ ਸਾਰੀ ਕਟਨਾ ਵਾਪਰਦੀ ਆ ਤੁਸੀਂ ਕੇਂਦਰ ਦੇ ਵਿੱਚ ਪਾਈ ਵਰ ਰਹੇ ਹੋ ਕਿਹੜੀ ਸਰਕਾਰ ਤੋਂ ਜਾਂਚ ਕਰਾਉਣੀ ਸੀ ਤੁਹਾਡੀਆਂ ਸਰਕਾਰਾਂ ਸੀ ਦੋਨੋਂ ਦੋਨੋਂ ਥਾਵਾਂ ਤੇ ਤੁਹਾਡੀਆਂ ਸਰਕਾਰਾਂ ਸੀ ਤੁਸੀਂ ਜਾਂਚ ਕਰਾਉਣੀ ਸੀ ਨਾ ਤੁਸੀਂ ਦੱਸਦੇ ਲੋਕਾਂ ਦੇ ਸਾਹਮਣੇ ਪਾਈ ਹੈ ਨਾ ਸਾਰੀ ਜੱਸੀ ਇਹਨਾਂ ਨੂੰ ਵੋਟਾਂ ਲੈਣ ਦੀ ਇਹੋ ਹੀ ਦੱਸਣੀ ਚਾਹ ਇਸ ਜਾਂਚ ਦੇ ਲਈ ਸਭ ਤੋਂ ਵੱਡਾ ਵਾਅਦੇ ਖੜਾ ਕਰ ਦਿੱਤਾ ਗਿਆ ਆ ਜਿੰਨੇ ਢੜਰੀਆਂ ਵਾਲੇ ਜਾਂ ਹੋਰ ਪੰਥਪ੍ਰੀਤ ਵਗੈਰਾ ਇਹ ਸਾਰੇ ਇਕੱਠੇ ਹੋ ਕੇ ਆਪਣੇ ਖੂਨ ਦਾ ਉਹ ਭਰ ਕੇ ਕਹਿੰਦਾ ਡੋਲੂ ਤੇ ਕਹਿੰਦੇ ਜੀ ਇਹ ਇਹਦੇ ਵਾਲੇ ਕਰਨੀ ਚਾਹੀਦੀ ਆ ਗਵਰਨਰ ਨੂੰ ਮਿਲੇ ਉਹਨਾਂ ਨੇ ਕਿਹਾ ਕਿ ਇਹ ਸੀਬੀਆਈ ਜਾਂਚ ਕਰਨੀ ਚਾਹੀਦੀ। ਰਕਾਸ਼ ਸਿੰਘ ਬਾਦਲ ਨੇ ਦੇਖੋ ਅਕਾਲੀ ਦਲ ਨੇ ਕੀ ਨਹੀਂ ਕੀਤਾ। ਅਸੀਂ ਉਹਨਾਂ ਨੂੰ ਗੱਲ ਹੀ ਏਡੀ ਵੱਡੀ ਆ ਪਰ ਅਸੀਂ ਫਿਰ ਵੀ ਚੁੱਪ ਰਹਨੇ ਆ ਡੀਜੀਪੀ ਵੀ ਅਸੀਂ ਬਦਲਤਾ ਅਸੀਂ 10 ਪੁਲਿਸ ਅਫਸਰਾਂ ਦੇ ਸਾਡੇ ਡੀਜੀਪੀ ਬਦਲਤਾ ਡੀਜੀਪੀ ਲਾਇਆ ਕਿਉਂ ਸੀ ਇਹ ਤਾਂ ਅਧਿਕਾਰੀ ਦੱਸਿਆ ਤੁਸੀਂ ਨਹੀਂ ਲਾਏ ਵਾਲੀ ਗੱਲ ਨੂੰ ਬਾਅਦ ਚ ਕਰਾਂਗੇ ਪਹਿਲਾਂ ਬਈ ਜਦੋਂ ਕੋਈ ਗੱਲ ਹੋਈ ਬਦਲਿਆ ਉਦੋਂ ਬਾਅਦ 10 ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਉਹਨਾਂ ਹੀ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਇਹਨਾਂ ਨੇ ਕੀਤੀ ਉਹੀ ਜਿਹੜੀ ਖੱਡਲਾ ਦੀ ਜਿਹੜੀ ਅਸੀਂ ਸੈੱਟ ਬਣਾਈ ਆ ਜਿਨੇ ਅੱਜ ਲੱਭੇ ਦੋਸ਼ੀ ਉਹ ਅਕਾਲੀ ਦਲ ਨੇ ਸੈੱਟ ਬਣਾਈ ਬਣਾਈ ਨਹੀਂ ਉਸੇ ਸੈੱਟ ਤੋਂ ਹੀ ਪਤਾ ਲੱਗਾ ਆ ਨਾ ਹੁਣ ਉਹ ਜ ਇਹਨਾਂ ਦੇ ਸੰਗਤ ਦੇ ਕਹਿਣ ਤੇ ਇਹ ਜਾਂ ਜਿਹੜੀ ਸਿਵੀਆਂ ਨੂੰ ਦਿੱਤੀ ਗਈ ਅਸੀਂ ਤਾਂ ਦਿੱਤੀ ਨਹੀਂ ਦੱਸ ਦਿਓ ਇੱਕ ਮਹਾਂ ਲਭ ਦਿਓ ਗੁਨੇਗਾਰ ਤੁਹਾਡੀ ਸਰਕਾਰ ਹੈ ਜਾਂ ਪੰਥਪ੍ਰੀਤ ਜਾਂ ਢੱਡਰੀਆਂ ਵਾਲੇ ਗੁਨੇਗਾਰ ਅੱਜ ਅੱਜ ਆਪਾਂ ਇਸ ਗੱਲ ਬਾਰੇ ਸਰਕਾਰ ਬਿਲਕੁਲ ਗੁਨੇਗਾਰ ਨਹੀਂ ਅਸੀਂ ਮਾਨ ਕਰਕੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਕਾਰ ਦੇ ਵਿੱਚ ਆਪਣਾ ਆਪਾ ਸਮਰਪਣ ਕਰਨ ਵਾਲੇ ਲੋਕ ਆ ਅਸੀਂ ਬੇਅਦਬੀ ਦੇ ਵਿੱਚ ਸ਼ਾਮਲ ਨਹੀਂ ਮੈਂ ਪਹਿਲਾਂ ਕਿਹਾ ਇਸ ਨੂੰ ਅਸੀਂ ਜਿੱਦਾ ਗੁਨਾਹਗਰ ਤੁਸੀਂ ਕਹਿ ਸਕਦੇ ਹੋ ਉਹਦੇ ਵਿੱਚ ਇਹ ਹੈ ਕਿ ਅਸੀਂ ਆਪਦੇ ਟੈਨੋਰ 'ਚ ਸਜ਼ਾ ਨਹੀਂ ਦੇ ਸਕੇ ਬੰਦੇ ਕਿ ਨਾ ਸਾਹਮਣੇ ਆ ਗਏ ਸਜ਼ਾ ਨਹੀਂ ਦੇ ਸਕੇ ਵੱਖਰੀ ਗੱਲ ਆ ਠੀਕ ਹੈ ਨਾ ਇਸ ਗੱਲ ਨੂੰ ਅਸੀਂ ਸਮਝਦੇ ਆ ਇਹ ਅਸੀਂ ਗਲਤੀ ਵੀ ਕਬੂਲ ਕਰਦੇ ਆ ਕੋਈ ਨਹੀਂ ਇਹ ਮੈਂ ਅੱਜ ਨਹੀਂ ਕਰਦੀ ਅਸੀਂ ਪਹਿਲਾਂ ਵੀ ਇਹ ਗੱਲਾਂ ਕਰਦੇ ਆ ਤੋਂ ਮੈਂ ਇਹ ਗੱਲ ਕਰਦਾ ਕਿ ਜਿਹੜੀ ਇਹ ਬੇਅਦਵੀ ਦੀ ਪਿੱਛੇ ਸਾਜ਼ਿਸ਼ ਆ ਕੌਣ ਲੋਕਾਂ ਨੂੰ ਫਾਇਦਾ ਹੋਇਆ ਕਾਂਗਰਸ ਨੂੰ ਫਾਇਦਾ ਹੋਇਆ ਆਮ ਆਦਮੀ ਨੂੰ ਫਾਇਦਾ ਹੋਇਆ ਉਹ ਗੱਲਾਂ ਕਲੀਅਰ ਆ ਇਹ ਸਾਨੂੰ ਇਹ ਗੱਲ ਸੋਚਣੀ ਪਏਗੀ ਤੁਹਾਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਸ਼ੱਕ ਹੈ ਬਿਲਕੁਲ ਬੀਜੇਪੀ ਤੇ ਸ਼ੱਕ ਤਾਂ ਨਹੀਂ ਚਲੋ ਬੀਜੇਪੀ ਵੀ ਕਿਸੇ ਨਾ ਕਿਸੇ ਢੰਗ ਨਾਲ ਪਾਈ ਵਾਲੋ ਸਕਦੇ ਪਰ ਮੈਂ ਉਹਦੀ ਕਿਉਂਕਿ ਉਹ ਸਾਡੀ ਭਾਈਵਾਲ ਸੀ ਮੈਨੂੰ ਲੱਗਦਾ ਕੋਈ ਉਹ ਲੋਕ ਇਸ ਤਰ੍ਹਾਂ ਦੀ ਸ਼ਾਇਦ ਗੱਲ ਨਹੀਂ ਕਰਨਗੇ ਹਮ ਉਹ ਤਾਂ ਹੁਣ ਵੀ ਹੋ ਰਿਹਾ ਨਹੀਂ ਮੈਂ ਉਹੀ ਗੱਲ ਕਰਦਾ ਉਹ ਤਾਂ ਹੁਣ ਵੀ ਹੋ ਰਿਹਾ ਤੁਸੀਂ 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 ਭਾਜੀਪੀ ਤੇ ਉਂਗਲਾ ਚੱਕਦੇ ਪਿਆ ਹੁਣ ਜੋ ਸਰਕਾਰ ਤੋਂ ਬਾਹਰ ਹੋਣ ਤੋਂ ਬਾਅਦ ਅਰਦਾਸ ਵਾਲਾ ਮਾਮਲਾ ਤੁਹਾਡੇ ਸਾਹਮਣੇ ਹੈ ਮੈਂ ਕਹੀ ਇਹੋ ਜੇ ਮਾਮਲੇ ਤੁਹਾਨੂੰ ਕਹਾਂ ਸਕਦਾ ਜਿਹਦੇ ਵਿੱਚ ਹੁਣ ਤੁਸੀਂ ਉਂਗਲਾ ਚੱਕਦੇ ਹੋ ਇਹ ਗੱਲਾਂ ਸਾਹਮਣੇ ਆਈਆਂ ਭਾਵੇਂ ਸਾਡੇ ਨਾਲ ਹੈ ਸੀ ਜਾਂ ਨਹੀਂ ਸੀ ਉਸ ਸਮੇਂ ਵੀ ਉਸ ਸਮੇਂ ਵੀ ਅਸੀਂ ਜਾਤੀ ਤੌਰ ਤੇ ਇੱਕ ਸਿੱਖ ਹੋਣ ਦੇ ਨਾਤੇ ਬੀਜੇ ਬੀਜੇਪੀ ਨੇ ਜੇ ਕੋ ਗਲਤ ਗੱਲਾਂ ਕੀਤੀਆਂ ਸੀ ਉਹਦੀ ਆਵਾਜ਼ ਉਹ ਠਾਈ ਆ ਠੀਕ ਹੈ ਕਾਲੀਦਾਲ ਦੇ ਫੋਰਮ ਤੋਂ ਨਹੀਂ ਠਾਈ ਹੋਗੀ ਪਰ ਅਸੀਂ ਆਪਣੇ ਤੌਰ ਤੇ ਇੱਕ ਸਿੱਖ ਹੋਣ ਦੇ ਨਾਤੇ ਇਹ ਠਾਉਂਦੇ ਨੇ ਹੁਣ ਵੀ ਜਿਹੜੀਆਂ ਅਰਦਾਸ ਵਾਲਾ ਮੁੱਦਾ ਆਇਆ ਜਾਂ ਕੋਈ ਵੀ ਮੁੱਦਾ ਆਇਆ ਜਿੱਥੇ ਗੁਰੂ ਦੀ ਗੱਲ ਆਉਂਦੀ ਆ ਅਸੀਂ ਸਪੇਅਰ ਨਹੀਂ ਕਰਦੇ ਜਿਹੜੀਆਂ ਗਲਤ ਗੱਲਾਂ ਨੇ ਉਹ ਉਹਨਾਂ ਦੇ ਖਿਲਾਫ ਆਵਾਜ਼ ਅਸੀਂ ਬੁਲੰਦ ਕਰਦੇ ਹਾਂ ਜੋ ਤੱਕ ਤੁਸੀਂ ਸਰਕਾਰ ਵੇਸੀਗੇ ਤੁਸੀਂ ਕਦੇ ਨਹੀਂ ਕਿਹਾ ਡੇਰਾ ਬੈਨ ਕਰ ਦੋ ਹੁਣ ਤੁਸੀਂ ਕਹਿ ਰਹੇ ਡੇਰਾ ਬੈਨ ਨਹੀਂ ਜੀ ਕਦੇ ਨਹੀਂ ਕਿਹਾ ਡੇਰਾ ਬੈਨ ਕਰ ਦੋ ਡੇਰੇ ਸਭ ਤੋਂ ਵੱਧ ਖਿਲਾਫ ਤਾਂ ਅਸੀਂ ਹੁਣ ਸੀਗੇ ਡੇਰੇ ਦੇ ਖਿਲਾਫ ਜੇ ਲੜਾਈ ਲੜੀ ਆ ਤੇ ਕਾਲੀ ਦਲ ਨੇ ਲੜਾਈ ਲੜੀ ਆ ਡੇਰੇ ਤੇ ਵੋਟਾਂ ਮੰਗਦੇ ਰਹੇ ਤੁਸੀਂ ਜੇ ਵੋਟਾਂ ਮੰਗੀਆਂ ਗਲਤੀ ਮੰਨੀ ਅਸੀਂ ਕਾਲਤਖ ਸਾਹਿਬ ਜਾ ਕੇ ਪੇਸ਼ ਹੋਏ ਦੀ ਸਜ਼ਾ ਵੀ ਲੋਈ ਆ ਹਾਂ ਕਾਲੀ ਦਲ ਦੇ ਇਹ ਲੋਨਾ ਲੋਕਾਂ ਨੇ ਸਜ਼ਾ ਵੀ ਲੋਈ ਆ ਜੇ ਮਰਜ਼ਾਦਾ ਮੁਤਾਬਕ ਅਸੀਂ ਗਏ ਆ ਜੇ ਅਸੀਂ ਉਹ ਗਲਤੀ ਕੀਤੀ ਆ ਉਸ ਵੋਟਾਂ ਦੇ ਮੌਕੇ ਤੇ ਮੈਨੂੰ ਇਹ ਦੱਸੋ ਘਰੇਵਾਲ ਸਾਹਿਬ ਜਦੋਂ ਇਹ ਘਟਨਾ ਵਾਪਰਦੀ ਆ ਤਖਸੀਰ ਕੇਸ ਘਟ ਸਾਹਿਬ ਅ ਗੁਰੂ ਤੋਂ ਵੱਡਾ ਤਾਂ ਕੋਈ ਨਹੀਂ ਉੱਥੇ ਕੌਣ ਹਾਜ਼ਰ ਹੋਇਆ ਸੀਗਾ ਉਸੇ ਟਾਈਮ ਤੇ ਐਸਜੀਪੀਸੀ ਵੱਲੋਂ ਕੌਣ ਨਵਾਈਂਦਾ ਉੱਥੇ ਪਹੁੰਚਿਆ ਐਸਜੀਪੀਸੀ ਵੱਲੋਂ ਜਿਹੜੀ ਉੱਥੇ ਸਾਡੇ ਟਾਸਕ ਫੋਰਸ ਆ ਜਿਹੜੇ ਉੱਥੇ ਪ੍ਰਬੰਧਕ ਹੁੰਦੇ ਆ ਜਿਨ੍ਹਾਂ ਦੀ ਉਹ ਡਿਊਟੀ ਹੁੰਦੀ ਆ ਉਹ ਉੱਥੇ ਹਾਜ਼ਰ ਸਨ ਉਹਨਾਂ ਨੇ ਤਾਂ ਫੜਿਆ ਹੂੰ ਉਹਨਾਂ ਨੇ ਹੀ ਕੁਝ ਸੈਕਿੰਡ ਬਾਅਦ ਜਦੋਂ ਉਹ ਇਹ ਕਰਤੂਤ ਕਰਦਾ ਬੀੜੀ ਸਿੱਟਣ ਦੀ ਤੇ ਧੂਆ ਮਾਰਦੀ 2-4 ਸੈਕਿੰਡ ਬਾਅਦ ਤੁਸੀਂ ਸੀਸੀਟੀਵੀ ਚੈੱਕ ਕਰੋ ਤੁਹਾਨੂੰ ਮੈਂ ਉਹ ਮੈਂ ਵਟਸਐਪ ਵੀ ਕਰ ਦੇਣਾ ਹੂੰ ਜਦੋਂ ਇਹ ਕਾਰਵਾਈ ਕਰਦਾ ਉਹ ਜਦੋਂ ਹੀ ਕੁਝ ਸੈਕਿੰਡ ਬਾਅਦ ਉਹਨੂੰ ਫੜ ਲਿਆ ਜਾਂਦਾ ਉਹਨੂੰ ਫੜ ਕੇ ਜਿਹੜਾ ਸਾਈਡ ਤੇ ਲਾਇਆ ਜਾਂਦਾ ਕਿਉਂਕਿ ਇਹ ਘਟਨਾ ਜਦੋਂ ਵਾਪਰਦੀ ਆ ਤਾਂ ਇਹ ਇਸ ਗੱਲ ਦਾ ਬਹੁਤ ਵੱਡਾ ਇੱਕ ਜਿਵੇਂ ਕਹਿੰਦੇ ਨਾ ਵੀ ਦਿਮਾਗ ਤੇ ਇੱਕ ਬਹੁਤ ਬੜੀ ਵੱਡਾ ਲੋਡ ਵੀ ਪੈਂਦਾ ਪਰ ਉਹ ਸੈਕੰਡਰੀ ਕੁ ਸੈਕੰਡਵਾਦੀ ਫੜ ਲਿਆ ਜਾਂਦਾ ਜਗੀਰਕੋੜੀ ਕਦੋਂ ਪਹੁੰਚਦੇ ਹੋ ਜਗੀਰਕੋੜੀ ਇੱਕ ਦਿਨ ਬਾਅਦ ਪਹੁੰਚਦੇ ਸੀ ਦੋ ਪ੍ਰੈਸ ਕਾਨਫਰੰਸ ਉੱਥੇ ਤੁਸੀਂ ਕਰ ਚੁੱਕੇ ਹੋ ਐਸਐਸਪੀ ਦੇ ਕੋਲੋਂ ਤੁਸੀਂ ਬਹੁਤ ਡਿਮਾਂਡ ਕਰ ਚੁੱਕੇ ਹੋ ਪੁਲਿਸ ਤੁਹਾਡੀ ਗੱਲ ਨਹੀਂ ਸੁਣਦੀ ਭਈ ਦੇਖੋ ਇਹ ਜਿਹੜੀ ਜਿਹੜੀ ਸਾਡੇ ਮਨ ਦਾ ਤੌਖਲਾ ਇਹੋ ਹੀ ਆ ਜਿਹੜੀ ਅੱਜ ਤੁਹਾਡੇ ਚੈਨਲ ਲਈ ਮੈਂ ਦੱਸਣੀ ਚਾਹੁੰਦਾ ਕੀ ਇਹ ਪਿਛਲੀਆਂ ਜਿੰਨੀਆਂ ਘਟਨਾਵਾਂ ਹੋਈਆਂ ਸਾਡੇ ਖਿਲਾਫ ਗੱਲ ਕਰਦੇ ਸੀ ਜਦੋਂ ਹੁਣ ਕੈਪਟਨ ਦੀ ਸਰਕਾਰ ਆਈ ਸਾਡੇ 4 ਸਾਲ ਦੀ ਇਹਦੇ ਵਿੱਚ 100 ਤੋਂ ਉੱਪਰ ਘਟਨਾਵਾਂ ਇਹ ਵਾਪਰ ਚੁੱਕੀਆਂ ਇਹ ਗੱਲ ਕਰਦਾਈ ਮੈਨੂੰ ਇਹਦੇ ਵਿੱਚ ਬਹਿਸ ਕਰਦਾਈ ਮੈਨੂੰ ਆਪ ਨੂੰ ਸ਼ਰਮ ਆਉਂਦੀ ਹੈ ਯਾਰ ਅਸੀਂ ਕਿਸ ਗੱਲ ਤੇ ਬਹਿਸ ਕਰ ਰਹੇ ਹਾਂ ਕਿਉਂ ਇਹ ਘਟਨਾਵਾਂ ਵਾਪਰਦੀਆਂ ਨੇ ਰੱਬ ਤੋਂ ਡਰਨਾ ਚਾਹੀਦਾ ਧਰਮ ਸਾਰੇ ਹੀ ਆਪ ਨੂੰ ਆਪਣੀ ਸਤਕਾਰਯੋਗ ਨੇ ਜੋ ਇੱਕ ਕਰਤੂਤ ਕਰਦੇ ਆ ਬੜੀ ਮਾੜੀ ਹੈ ਉਹ ਮੈਂ ਇਹ ਜਿਹੜੀ ਜਿਹੜੀ ਗੱਲ ਤੁਸੀਂ ਇੱਕ ਇਹ ਕਹਿ ਰਹੇ ਹੋ ਕਿ ਬੀਬੀ ਜ਼ਗੀਰ ਕੌਰ ਨੇ ਮੰਗ ਕੀਤੀ ਜਿਹੜੀ ਤੁਹਾਡੇ ਸਾਹਮਣੇ ਆ ਕਿ ਐਸਪੀ ਜਿਹੜਾ ਵਾ ਉਹ ਪਹਿਲੀ ਗੱਲ ਤਾਂ ਇਹ ਆ ਕਿ ਉਹਨਾਂ ਨੇ ਕਿਹਾ ਵੀ ਕੁਝ ਬੰਦੇ ਸਾਡੇ ਨਾਲ ਆਜੋ ਸ਼ਰੋਣੀ ਕਮੇਟੀ ਦੇ ਬੰਦੇ ਕੁਝ ਜਥੇਬੰਦੀਆਂ ਦੇ ਬੰਦੇ ਉਹਨਾਂ ਨੇ ਕਿਹਾ ਸਾਡੇ ਨਾਲ ਹੋਰ ਤੁਹਾਡੇ ਸਾਹਮਣੇ ਅਸੀਂ ਇੰਟਰੋਗੇਸ਼ਨ ਕਰਦੇ ਆ ਤਿੰਨ ਚਾਰ ਦਿਨ ਬਾਅਦ ਸ਼ਰੋਣੀ ਕਮੇਟੀ ਦੇ ਬੰਦਿਆਂ ਨੇ ਇਹ ਗੱਲ ਦੇਖੀ ਕਿ ਜੋ ਕੁਝ ਉਹ ਕਰ ਰਹੇ ਨੇ ਉਹ ਸਾਡੇ ਅਸੀਂ ਅਸੀਂ ਉਸ ਨਾਲ ਸਹਿਮਤ ਨਹੀਂ ਹੈਗੇ ਉਹਨਾਂ ਨੇ ਆਪਣੇ ਆਪ ਨੂੰ ਉਸ ਕਮੇਟੀ ਤੋਂ ਵਿਡਰਾ ਕਰ ਲਿਆ ਠੀਕ ਹੈ ਜੀ ਉਦੋਂ ਬਾਅਦ ਐਸਪੀ ਉਥੇ ਇੱਕ ਪ੍ਰੈਸ ਕਾਨਫਰੰਸ ਕਰਦਾ ਜਿਹੜੀ ਸਭ ਤੋਂ ਮਾੜੀ ਗੱਲ ਆ ਤੁਹਾਡੇ ਕੋਲ ਵੀ ਉਹ ਪ੍ਰੈਸ ਕਾਨਫਰੰਸ ਦੇ ਫੁਟੇਜ ਹੋਣਗੇ ਉਹ ਸਾਰੀ ਗੇਮ ਨੂੰ ਕਮਾ ਕੇ ਇਹ ਗੱਲ ਲੈ ਕੇ ਆ ਰਿਹਾ ਮੰਨਦਾ ਵਾ ਵੀ ਇਹ ਡੇਰੇ ਨਾਲ ਸੰਬੰਧਤ ਆ ਇਹਦਾ ਬਾਪ ਜਿਹੜਾ ਵਾ ਸੱਤ ਮੈਂਬਰੀ ਕਮੇਟੀ ਵਿੱਚ ਸ਼ਾਮਲ ਸੀ ਇਹਦੀ ਘਰ ਵਾਲੀ ਵੀ ਫਾਲੋਅਰ ਆ ਉਥੇ ਜਾਂਦਾ ਵੀ ਆ ਜਾਂ ਹੋਰ ਕੁਝ ਵੀ ਕਰਦਾ ਤਾਂ ਉਹ ਸਾਰੀ ਕਹਾਣੀ ਨੂੰ ਕਮਾ ਕੇ ਗੱਲ ਕਰਦਾ ਕਹਿੰਦਾ ਜੀ ਇਹ ਮੈਂਟਲੀ ਤੌਰ ਤੇ ਸਿੱਕਾ ਹਰ ਗਵੈਰ ਇਹ ਗੱਲ ਆਉਂਦੀ ਆ ਕਿ ਮੈਂਟਲੀ ਤੌਰ ਤੇ ਜੀ ਇਹ ਪਰੇਸ਼ਾਨ ਹੈ ਕਿ ਮੈਂਟਲੀ ਦਾ ਉਹਦੇ ਪਰੇਸ਼ਾਨ ਹੋ ਕੇ ਇੰਨੀ 150 ਕਿਲੋਮੀਟਰ ਦੂਰ ਆ ਕੇ ਇਹਨੂੰ ਇਹ ਕਾਰਵਾਈ ਕਰਨੀ ਇਸ ਇਹਦੇ ਪਿੱਛੇ ਬੜੀ ਵੱਡੀ ਸਾਜ਼ਸ਼ਾ ਅਸੀਂ ਇਹ ਗੱਲ ਕਹਿੰਦੇ ਆ ਕਿ ਇਸ ਗੱਲ ਨੂੰ ਲਿੰਕ ਕਿਉਂ ਨਹੀਂ ਕੀਤਾ ਜਾ ਰਿਹਾ ਪੁਲਿਸ ਕੋਲ ਕਿਹੜੀ ਕਿਹੜਾ ਹਥਿਆਰ ਨਹੀਂ ਹੈਗਾ ਪੁਲਿਸ ਕੋਲੇ ਇਨਵੈਸਟੀਗੇਸ਼ਨ ਦਾ ਕਿਹੜਾ ਉਹ ਕਹਿੰਦੇ ਦਾ ਮੰਤਰ ਨਹੀਂ ਹੈਗਾ ਕਿ ਉਹਦੇ ਪਿਛਲੇ ਲਿੰਕ ਨੂੰ ਉਹ ਜੋੜ ਨਾ ਸਕੇ ਉਹ ਇਹ ਇਹ ਪੁਲਿਸ ਇਹ ਸਵਾਲ ਤੁਸੀਂ ਅੱਜ ਪੁੱਛਦੇ ਪਿਓ ਨਾ ਜੀ ਗਰਵਲ ਸਾਹਿਬ ਇਹੀ ਸਵਾਲ ਤੁਹਾਡੀ ਸਰਕਾਰ ਵੱਲੋਂ ਪੁੱਛਿਆ ਜਾ ਰਿਹਾ ਸੀਗਾ ਪੁਲਿਸ ਕੋਲੇ ਕਿਹੜਾ ਮੰਤਰ ਕਿਹੜਾ ਯੰਤਰ ਨਹੀਂ ਹੈਗਾ ਜਿੰਨਾ ਪਤਾ ਲੱਗ ਸਕੇ ਫਰਕ ਆ ਸੋਣ ਤੁਸੀਂ ਵੀ ਨਹੀਂ ਪਤਾ ਕਰ ਸਕਦੇ ਇਹ ਵੀ ਨਹੀਂ ਪਤਾ ਇਹ ਵੀ ਨਹੀਂ ਦੱਸਣਾ ਚਾਹੀਦਾ ਜੀ ਕਿ ਬੀਜੀ ਬੜਾ ਵੱਡਾ ਫਰਕ ਆ ਉਹ ਇੱਕ ਅਣਪਛਾਤੇ ਲੋਕਾਂ ਵੱਲੋਂ ਵਾਪਰੀ ਘਟਨਾ ਸੀ ਇਹ ਬੰਦਾ ਮੌਕੇ ਤੇ ਫੜਿਆ ਜਾਂਦਾ ਮੌਕੇ ਤੇ ਫੜਿਆ ਜਾਂਦਾ ਤੁਸੀਂ ਮੈਂ ਦੱਸਦਾ ਕਿ ਆ ਨਾ ਅਣਪਛਤ ਕਿਵੇਂ ਹੋ ਗਏ ਗਰੇਵਾਲ ਸਾਹਿਬ ਗਰੇਵਾਲ ਸਾਹਿਬ ਅਣਪਛਤ ਕਿਵੇਂ ਹੋ ਗਏ ਚਲੋ ਜਿਹੜੇ ਪਹਿਲਾਂ ਜਿਹੜੇ ਪਹਿਲਾਂ ਪੋਸਟਰ ਲਾਉਂਦੇ ਆ ਉੱਥੇ ਤੁਹਾਨੂੰ ਸਭ ਕੁਝ ਪਤਾ ਸੀਗਾ ਉੱਥੇ ਕੀ ਕੁਝ ਵਾਪਰ ਰਹੇ ਨੇ ਇਹੋ ਜੀ ਇਹੋ ਜੀ ਗੱਲ ਦਾ ਪਤਾ ਹੋਵੇ ਤੇ ਕੌਣ ਕਰਨ ਦਾ ਹੈ ਨਹੀਂ ਐਮ ਐਸ ਜੀ ਰਿਲੀਜ਼ ਹੁੰਦੀ ਹੈ ਉਹ ਉਸ ਟਾਈਮ ਦੇ ਨਾਲ ਕਨੈਕਸ਼ਨ ਹੈ ਗਰੇਵਾਲ ਸਾਹਿਬ ਸੁਣ ਤਲੋ ਨਾ ਗਰੇਵਾਲ ਸਾਹਿਬ ਗਰੇਵਾਲ ਸਾਹਿਬ ਸੁਣ ਤਲੋ ਨਾ ਐਮ ਐਸ ਜੀ ਰਿਲੀਜ਼ ਹੁੰਦੀ ਹੈ ਜਿਹੜਾ ਸਵਾਗ ਵਾਲਾ ਸਾਰਾ ਕੇਸ ਉਹ ਵਾਪਸ ਲਿਆ ਜਾਂਦਾ ਹੈ ਇਸ ਦੇ ਨਾਲ ਉਥੇ ਪੋਸਟਰ ਲੱਗਦੇ ਆ ਕਿ ਇਹ ਇਹ ਸਾਰੀਆਂ ਘਟਨਾਵਾਂ ਨਾਲ ਜੁੜਦੀਆਂ ਨੇ ਤੁਸੀਂ ਤੁਸੀਂ ਇਹ ਗੱਲ ਸੋਚ ਸਕਦੇ ਹੋ ਕਿ ਇਸ ਘਟਨਾ ਦੇ ਬਾਰੇ ਵਿੱਚ ਕਾਲੀ ਦਲ ਨੂੰ ਪਤਾ ਹੋਵੇ ਤੇ ਕਾਲੀ ਦਲੇ ਬਰਦਾਸ਼ਤ ਕਰ ਲਵੇ ਚਲੋ ਕਾਲੀ ਦਲ ਨੂੰ ਵੀ ਛੱਡ ਦਿਓ ਕੋਈ ਵੀ ਸਿੱਖ ਨਹੀਂ ਬਰਦਾਸ਼ਤ ਕਰ ਸਕਦਾ ਨਹੀਂ ਕੁਤਾਈ ਮੈਂ ਕਹਿ ਰਿਹਾ ਲਾਪਰਵਾਹੀ ਤੁਸੀਂ ਕਰਤੀ ਇਹ ਸਾਰੀਆਂ ਜੁੜਦੀਆਂ ਨਹੀਂ ਆਪਸਪਸ ਲਾਪਰਵਾਹੀ ਨਹੀਂ ਲਾਪਰਵਾਹੀ ਤੁਹਾਨੂੰ ਤੁਸੀਂ ਦੇਖੋ ਨਾ ਉਸ ਸਮੇਂ ਦਾ ਰਿਕਾਰਡ ਕਢਾ ਕੇ ਵੇਖੋ ਕਿ ਉਸ ਸਮੇਂ ਤੇ ਜਿੰਨੇ ਉਥੇ ਇਨਵੈਸਟੀਗੇਸ਼ਨ ਹੋਈ ਜਿਹੜੀਆਂ ਲਿਖਤਾਂ ਹੋਈਆਂ 5000 ਲਿਖਤਾਂ ਜਿਹੜੀਆਂ ਚੈੱਕ ਕਰਵਾਈਆਂ ਗਈਆਂ ਜਿਹੜੀਆਂ ਆਪ ਲਿਖਤਮਾਰ ਦੇ ਤੌਰ ਕੋਸ਼ ਕੀਤਾ ਗਿਆ ਥੋੜੀ ਗੱਲ ਨਹੀਂ ਗਈ ਉਹਦੇ ਤੇ ਇਹਦੇ ਵਿੱਚ ਫਰਕ ਆ ਤੁਸੀਂ ਆ ਦੇਖੋਗੇ ਆ ਮੈਂ ਇੱਕ ਪੰਥਕ ਅਖਬਾਰ ਦੇ ਵਿੱਚ ਅੱਜ ਦੀ ਖਬਰ ਲੱਗੀ ਆ ਉਹਨੇ ਕਿਹਾ ਕਿ ਇੱਕ ਬੇਅਦਬੀ ਹੋਈ ਆ ਤਰਨਤਾਰ ਦੇ ਇਲਾਕੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਾ ਆ ਨੌਜਵਾਨ ਪੁਲਿਸ ਨੇ ਮਾਫੀ ਮੰਗ ਕੇ ਭਜਾਇਆ ਉਹ ਇਹ ਕਿਉਂ ਕੀਤਾ ਜਾ ਰਿਹਾ ਇਹ ਗੱਲ ਕਿਉਂ ਕੀਤਾ ਫੜਿਆ ਬੰਦਾ ਆ ਜਿਹੜਾ ਬੰਦਾ ਫੜਿਆ ਹੋਇਆ ਜਿਹੜਾ ਜਿਹੜਾ ਓਪਰਲੀ ਇਹ ਗੱਲ ਕਹਿੰਦਾ ਕਿ ਮੈਂ ਡੇਰੇ ਨਾਲ ਸੰਬੰਧਤ ਆ ਉਸ ਗੱਲ ਨੂੰ ਕਨੈਕਸ਼ਨ ਕਿਉਂ ਨਹੀਂ ਦਿੱਤਾ ਜਾਂਦਾ ਇਹਦੇ ਵਿੱਚ ਤੁਹਾਡੇ ਸਾਹਮਣੇ ਆ ਕਿ ਇਹ ਚ ਵੋਟ ਰਾਜਨੀਤੀ ਕੀਤੀ ਜਾ ਰਹੀ ਹੈ ਕਿਉਂ ਕੀਤੀ ਜਾ ਰਹੀ ਹੈ ਨਹੀਂ ਕਰਨੀ ਚਾਹੀਦੀ ਚਲੋ ਮੈਂ ਇੱਕ ਹੋਰ ਛੋੜਾ ਬ੍ਰੇਕ ਲਊਗਾ ਬ੍ਰੇਕਵਾਸ ਅਸੀਂ ਆਖਰੀ ਹਿੱਸੇ ਚੋਂ ਆਕੇ ਇਹੋ ਬੈਸ ਜਿੰਦਾ ਕੋਈ ਅੰਤ ਨਹੀਂ ਹੈਗਾ ਪਰ ਜੇ ਬੇਅਦਬੀ ਦੀਆਂ ਸਾਜ਼ਿਸ਼ਾਂ ਪੰਜਾਬ ਵਿੱਚ ਹੋ ਰਹੀਆਂ ਇਹਦੇ ਪਿੱਛੇ ਕੋਈ ਬਹੁਤ ਵੱਡੀ ਤਾਕਤ ਕੰਮ ਕਰਦੀ ਪਈ ਹੈ ਉਸ ਤਾਕਤ ਨੂੰ ਲੱਭਣਾ ਪਵੇਗਾ ਕਿਹੜੀ ਸਿਆਸੀ ਤਾਕਤ ਹੈ ਉਸ ਪਿੱਛੇ ਹੈ ਕਿਹੜੀ ਹੋਰ ਤਾਕਤ ਹੈ ਕੋਈ ਵਿਦੇਸ਼ੀ ਤਾਕਤ ਤਾਂ ਨਹੀਂ ਹੈਗੀ ਕਿ ਕਿਉਂਕਿ ਵਿਦੇਸ਼ੀ ਤਾਕਤ ਆਸੀਂ ਇੱਕ ਮਿੰਟ ਜੋੜ ਦਿੰਨੇ ਆ ਪਰ ਇਹ ਇੱਥੋਂ ਹੀ ਸਭ ਕੁਝ ਹੋ ਰਿਹਾ ਜੇ ਵਿਦੇਸ਼ੀ ਤਾਕਤ ਵੀ ਉਹਨੂੰ ਕੰਟਰੋਲ ਕਰ ਰਹੀ ਆ ਤਾਂ ਉਹਦਾ ਕਨੈਕਸ਼ਨ ਤਾਂ ਇੱਥੇ ਹੀ ਆ ਉਹਨੂੰ ਕਿਉਂ ਲੱਭਿਆ ਜਾ ਰਿਹਾ ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਆ ਤੇ ਗੁਰਚੰਦ ਸਿੰਘ ਗਰੇਵਾਲ ਆਖਰੀ ਜਿਹੜਾ ਇਹ ਇੰਟਰੂ ਦੇ ਹਿੱਸੇ ਵਿੱਚ ਸਾਡੇ ਨਾਲ ਮੌਜੂਦ ਹੈ ਗਰੇਵਾਲ ਸਾਹਿਬ ਹੁਣ ਇਹਦਾ ਹੱਲ ਕੀ ਹੈ ਤੁਸੀਂ ਸਾਜ਼ਿਸ਼ ਸਾਜ਼ਿਸ਼ ਸਾਰੇ ਕਹਿ ਰਹੇ ਹੋ ਅ ਸਾਜ਼ਿਸ਼ ਦਾ ਪਤਾ ਕੌਣ ਕਰੂਗਾ ਕਿ ਪਤਾ ਲੱਗੂਗਾ ਹੀ ਨਹੀਂ ਕਦੇ ਦੇਖੋ ਅ ਅਸੀਂ ਸਰਕਾਰ ਨੂੰ ਇਹ ਗੱਲ ਕਹੀ ਕਿ ਅਲਟੀਮੇਟਮ ਦਿੱਤਾ 27 ਤਰੀਕ ਤੱਕ ਠੀਕ ਹੈ ਨਹੀਂ ਭਈ ਉਹਦਾ ਇਹਦਾ ਫੈਸਲਾ ਕੀਤਾ ਜਾਵੇ ਉਹ ਤੋਂ ਪੁਸ਼ਕਸ਼ ਕੀਤੀ ਜਾਵੇ ਇਸ ਗੱਲ ਦੇ ਵਿੱਚ ਸ਼ੰਕਾ ਕੋਈ ਨਹੀਂ ਗਈ ਬੰਦਾ ਮੌਕੇ ਤੇ ਮੌਜੂਦ ਫੜਿਆ ਗਿਆ ਬੇਅਦ ਵੀ ਕਰਦਾ ਫੜਿਆ ਗਿਆ ਸਾਡੇ ਕੋਲ ਸਾਰਾ ਰਿਕਾਰਡ ਆ ਉਹ ਬੰਦੇ ਦਾ ਡੇਰੇ ਨਾਲ ਸੰਬੰਧ ਆ ਜਿਹੜਾ ਪਿਛਲੇ ਸਮੇਂ ਜਿਵੇਂ ਬਵਾਦਤ ਰਿਹਾ ਹੁਣ ਇਸ ਗੱਲ ਹੀ ਦੇਖੋ ਇਸ ਨੂੰ ਕੜੀ ਨੂੰ ਜੋੜਨਾ ਕੋਈ ਔਖਾ ਕੰਮ ਨਹੀਂ ਆ ਇਹਦੇ ਚ ਜੇ ਜੇ ਬੇਈਮਾਨੀ ਹੋਵੇ ਮਨ ਦੇ ਮਨਸ਼ਾ ਸਹੀ ਨਾ ਹੋਵੇ ਤਾਂ ਨਹੀਂ ਹੋ ਸਕਦਾ ਕੁਝ ਵੀ ਆ ਉਹਨੂੰ ਗੱਲ ਕਰਨ ਦੇਖੋ ਛਰੂਣੀ ਕਮੇਟੀ ਨੇ ਇਹ ਗੱਲ ਕਹੀ ਆ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਉੱਤੇ ਜਿਹੜਾ ਜਿਹੜਾ ਕਾਨੂੰਨੀ ਤੌਰ ਤੇ ਉੱਤੇ ਕੇਸ ਲਾਇਆ ਉਹ ਆਪਾ ਦਾ ਯੂ ਆਪਾ ਦਾ ਉਹਨੂੰ ਚਲੋ ਮੰਨ ਲਿਆ ਸਰਕਾਰ ਨੇ ਉਸ ਤੋਂ ਬਾਅਦ ਅਸੀਂ ਇਹ ਐਪਲੀਕੇਸ਼ਨ ਪਾਈ ਆ ਕਿ ਉਹਦਾ ਬ੍ਰੇਨ ਟੈਸਟ ਨਾਰ ਜਿਹੜਾ ਉਹਦਾ ਨਾਰਕੋ ਟੈਸਟ ਜਿਹੜਾ ਕਰਾਉਣਾ ਚਾਹੀਦਾ ਲਾਈਟ ਰੈਕਟਰ ਟੈਸਟ ਕਰਾਉਣਾ ਚਾਹੀਦਾ ਉਹਦੇ ਲਈ ਅਸੀਂ ਐਪਲੀਕੇਸ਼ਨ ਪਾਈ ਆ ਉਹ ਸਾਨੂੰ ਸ਼ਾਇਦ ਉਹਦਾ ਇੱਕ ਦੋ ਦਿਨਾਂ ਜਵਾਬ ਦੇਣਗੇ ਅਸੀਂ ਇਸ ਗੱਲ ਦੇ ਪੂਰੇ ਮਗਰ ਲੱਗੇ ਆ ਕਿ ਇਸ ਦਾ ਖੁਰਾਕ ਹੋਏ ਤੇ ਜੜ ਤੱਕ ਤੁਸੀਂ ਇਹਦੇ ਵਿੱਚ ਕਹਿ ਰਹੇ ਹੋ ਨਾਰਕੋ ਟੈਸਟ ਹੋਣਾ ਚਾਹੀਦਾ ਬ੍ਰੇਨ ਮੈਪਿੰਗ ਹੋਣੀ ਚਾਹੀਦੀ ਹੈ ਕਿ ਕਾਲੀ ਦਾ ਬਰਗਾੜੀ ਮਾਮਲੇ ਚ ਵੀ ਇਹੀ ਡਿਮਾਂਡ ਕਰਦਾ ਨਹੀਂ ਅਸੀਂ ਹੱਦ ਹੋ ਗਈ ਅਸੀਂ ਤਾਂ ਕਿਹਾ ਵਾ ਉਹ ਜਿਹੜੇ ਮੁੰਡੇ ਆ ਜਿਨ੍ਹਾਂ ਤੇ ਸ਼ੰਕਾ ਸੁੱਈ ਜਾਂਦੀ ਸੀ ਤੇ ਉਸੇ ਕਰਵਾਓ ਕਿਸੇ ਦੇਖੋ ਉਹ ਤਾਂ ਕਹਿੰਦੇ ਤੁਹਾਡਾ ਵੀ ਹੋਣਾ ਚਾਹੀਦਾ ਦੇਖੋ ਮੈਂ ਇਹ ਗੱਲ ਕਰਦਾ ਕਿ ਕਿਸੇ ਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਚ ਜੋ ਵੀ ਕੋਈ ਅਦਾਲਤ ਜੋ ਵੀ ਕੋਈ ਕਾਨੂੰਨ ਜੋ ਵੀ ਕੋਈ ਜਾਂਚ ਕਿਸੇ ਦੀ ਵੀ ਕਰਵਾਓ ਕਰਵਾ ਲੈਣੀ ਚਾਹੀਦੀ ਆ ਅਕਾਲੀ ਦਲ ਉਸ ਤੋਂ ਭੱਜਿਆ ਨਹੀਂ ਦੱਸੋ ਜਾਂਚਾਂ ਕਿੰਨੀਆਂ ਹੋਈਆਂ ਹਰ ਜਾਂਚ ਦੇ ਵਿੱਚ ਪੂਰਨ ਤੌਰ ਤੇ ਸਮਰਥਨ ਕੀਤਾ ਅਸੀਂ ਕੋਈ ਵਿਰੋਧ ਨਹੀਂ ਕੀਤਾ ਨਾ ਅਸੀਂ ਕੋਰਟ 'ਚ ਗਏ ਨਾ ਅਸੀਂ ਕਿਤੇ ਹੋਰ ਜਾ ਕੇ ਪ੍ਰਦਰਸ਼ਨ ਕਮਿਸ਼ਨ ਕਮਿਸ਼ਨ ਦੀ ਰਿਪੋਰਟ ਤੱਕ ਨਹੀਂ ਲੈਣ ਆਇਆ ਸੀ ਨਹੀਂ ਚਲੋ ਉਹ ਉਹ ਰਿਪੋਰਟਾਂ ਅੱਜ ਵੀ ਹਾਈਆਂ ਨੇ ਉਹ ਕੋਈ ਗੱਲ ਨਹੀਂ ਪਰ ਅਸੀਂ ਉਸ ਗੱਲ ਦਾ ਕੋਈ ਵਿਰੋਧ ਤਾਂ ਨਹੀਂ ਕੀਤਾ ਕੋਰਟਾਂ 'ਚ ਅਸੀਂ ਕੋਈ ਅਰਜ਼ੀ ਤਾਂ ਨਹੀਂ ਪਾਈ ਵੀ ਇਹਨੂੰ ਰੋਕ ਲਿਆ ਜਾਵੇ ਅਸੀਂ ਕਿਹਾ ਵੀ ਹੋਣਾ ਚਾਹੀਦਾ ਕੱਢੋ ਇਹਦਾ ਸਬੂਤ ਅਸੀਂ ਇਸ ਗੱਲ 'ਤੇ ਅੱਜ ਵੀ ਖੜੇ ਆਂ ਵੀ ਇਹ ਜਿਹੜੇ ਲੋਕ ਨੇ ਜਿਹੜੇ ਉਸ ਸਮੇਂ ਦੇ ਅਸੀਂ ਤਾਂ ਕਹਿੰਦੇ ਆਂ ਅੱਜ ਜਿਹੜਾ ਸ ਉਹਨਾਂ ਕੋਈ ਜਿਹੜਾ ਜਿਹੜੀ ਗੱਲ ਜਾਂਚ ਹੈਗੀ ਆ ਉਹ ਤੁਹਾਡੇ ਕੋਲੇ ਉਹ ਤੁਸੀਂ ਲੰਭੋ ਕਢੋ ਸਾਹਮਣੇ ਲਿਆਓ ਸੰਗਤ ਦੇ ਤੁਸੀਂ ਤਾਂ ਕਹਿ ਰਹੇ ਹੋ 20 ਦਿਨਾਂ ਇਹਨਾਂ ਨੂੰ ਅੰਦਰ ਦੇਣ ਦੀ ਤਿਆਰੀ ਨਹੀਂ ਉਹ ਤਾਂ ਦੇਖੋ ਉਹ ਏਜੰਡਾ ਭਾਵੇਂ ਅੱਜ ਦੀ ਇਸ ਮੀਟਿੰਗ ਤੋਂ ਬਾਹਰ ਆ ਕਿਉਂਕਿ ਇਹ ਜਿਹੜੇ ਸਿੱਧੂ ਸਾਹਿਬ ਤੇ ਇਹਨਾਂ ਦੀ ਸਾਰੀ ਟੀਮ ਹੈ ਇਹ ਇਸ ਕਰਕੇ ਹੀ ਆਏ ਨੇ ਕਿ ਲੋਕਾਂ ਦੇ ਵਿੱਚ ਉਧਾਰ ਗਵਾ ਲਿਆ ਇਹਨਾਂ ਨੇ ਕਿਹਾ ਜੀ ਕੈਪਟਨ ਨੇ ਜੋ ਗਲਤੀਆਂ ਕੀਤੀਆਂ ਸੀ ਉਹ ਤੇ ਪਰਦਾ ਪਾਉਣ ਵਾਸਤੇ ਸਿੱਧੂ ਸਾਹਾ ਹਾਗੇ ਨੇ ਜੀ ਉਹ ਕਹਿੰਦੇ ਜੀ ਅਸੀਂ ਕਿੱਥੇ ਮੂੰਹ ਦਿਖਾਵਾਂਗੇ ਹੁਣ ਰਧਾਵ ਸਾਹਿਬ ਦਾ ਸ਼ਰਿਆ ਵੀ ਇਹ ਗੱਲ ਕਹਿੰਦੇ ਸੀ ਵੀ ਅਸੀਂ ਕਰ ਕੁਝ ਨਹੀਂ ਸਕੇ ਕਾਰਨ ਕੀ ਆ ਵੀ ਜਿਹੜਾ ਕੁਝ ਕੀਤਾ ਵਾ ਉਹ ਉਹਦਾ ਆਧਾਰ ਕੋਈ ਨਹੀਂ ਜੋ ਤੁਹਾਡੇ ਕੋਲ ਆਧਾਰ ਹੀ ਨਹੀਂਗਾ ਤੁਸੀਂ ਉਹ ਤੇ ਗੱਲ ਮੜ ਦੇਓਗੇ ਇਹ ਗੱਲ ਜਿਹੜੀ ਹੈ ਪ੍ਰਮਾਨ ਨਹੀਂ ਹੈਗੀ ਸੋ ਅੱਜ ਉਹ ਅੱਜ ਉਹਨਾਂ ਦਾ ਅੱਜ ਉਹਨਾਂ ਦਾ ਇੱਕੋ ਝੰਡਾ ਕੀ ਅਸੀਂ ਆਉਣ ਵਾਲੀ ਰਾਜਨੀਤੀ ਦੇ ਵਿੱਚ ਵੋਟਾਂ ਤਾਂ ਲੈ ਸਕਾਂਗੇ ਜੇ ਅਸੀਂ ਸੁਖਵੀਰ ਬਾਦਲ ਨੂੰ ਅੰਦਰ ਕਰਾਂਗੇ ਸੋ ਇਹੀ ਝੰਡਾ ਹੈ ਤੇ ਸੁਖਵੀਰ ਬਾਦਲ ਨੇ ਦੇਖੋ ਕਿੱਡੀ ਵੱਡੀ ਗੱਲ ਕਰ ਰਹੇ ਹੋ ਡਰਦੇ ਕਿਉਂ ਤੁਸੀਂ ਆਹਦੂਗੀ ਅਸੀਂ ਤਾਂ ਕੱਲ ਕਹੇ ਆ ਤੁਸੀਂ ਦੱਸੋ ਜਗਾ ਅਸੀਂ ਆਪ ਹੀ ਆ ਜੰਨੇ ਆ ਅਸੀਂ ਜਿਹੜ ਜਾਨ ਨੂੰ ਤਿਆਰ ਡਰਨ ਦਾ ਡਰਨ ਵਾਲੀ ਗੱਲ ਤਾਂ ਇੱਕ ਵੀ ਦੱਸ ਦਿਓ ਤੁਸੀਂ ਇਸ ਜਾਂਚ ਦੇ ਦੌਰਾਨ ਇਤੇ ਵੀ ਡਰਾਂ ਵਾਲੀ ਗੱਲ ਅਕਾਲੀ ਦਲ ਦੇ ਨੇ ਕਿਸੇ ਤਨ ਬਿਆਨ ਦੇਣ ਦੀ ਲੋੜ ਕਿਉਂ ਜੋ ਲੈਣ ਆ ਕੇ ਤਾਂ ਠੀਕ ਹੈ ਚੱਲਿਓ ਅਸੀਂ ਤਾਂ ਤਾਂ ਇਹ ਗੱਲ ਕਰਦੇ ਨਾ ਕਿ ਜਿਹੜੇ ਪੁਲਿਸ ਅਫਸਰਾਂ ਨੂੰ ਹੁਣ ਬਾਗਡੋਰ ਦਿੱਤੀ ਜਾ ਰਹੀ ਆ ਉਹਨਾਂ ਨਾਲ ਸ਼ਰਤ ਰੱਖੀ ਜਾ ਰਹੀ ਆ ਕਿ ਜੇ ਤੁਸੀਂ ਸੁਬੀਰ ਨੂੰ ਅੰਦਰ ਕਰੋਗੇ ਤੁਹਾਨੂੰ ਅਸੀਂ ਆਉਂਦਾ ਦੰਦੇ ਆ ਤੇ ਉਹ ਇਹ ਇਹ ਤੁਹਾਨੂੰ ਤੁਹਾਨੂੰ ਕਾਨੂੰਨ ਤੇ ਵਿਸ਼ਵਾਸ ਨਹੀਂ ਹੈਗਾ ਨਹੀਂ ਨਹੀਂ ਅਸੀਂ ਤਾਂ ਵਿਸ਼ਵਾਸ ਕਰਦੇ ਆ ਹਾਂ ਅਸੀਂ ਦਾ ਵਿਸ਼ਵਾਸ ਕਰਦੇ ਆਂ ਪਰ ਸਰਕਾਰਾਂ ਕਿਵੇਂ ਅੰਦਰ ਦੇ ਸਕਦੀਆਂ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਨਾ ਸਰਕਾਰ ਦਾ ਰਾਜ ਥੋੜੀ ਹੈ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਪਿਛਲੀ ਵਾਰੀ ਚ ਕੈਪਟਨ ਸਾਹਿਬ ਨੇ ਬਾਲ ਸਾਹਿਬ ਨੂੰ ਅੰਦਰ ਕੀਤਾ ਨਾ ਪਰ ਅਗਰ ਅਦਾਲਤਾਂ ਨੇ ਉਹਨੂੰ ਬਰੀ ਕਰਤਾ ਤੁਹਾਡੇ ਸਾਹਮਣੇ ਹੀ ਆ ਨਾ ਤੋ ਇਸ ਕਰਕੇ ਜਿਹੜੀ ਜਿਹੜੀਆਂ ਸਰਕਾਰਾਂ ਦੀ ਮਨਸ਼ਾ ਵਾਲੀ ਰਾਜਨੀਤੀ ਆ ਮਾੜੀ ਹੋ ਗਈ ਆ ਨੀਵੇਂ ਪੱਦਰ ਦੀ ਹੋ ਗਈ ਆ ਸਿਰਫ ਅਸੀਂ ਇਸ ਗੱਲ ਕਰਕੇ ਕਿ ਇਹਨੂੰ ਸ਼ਾਦ ਅੰਦਰ ਦੇ ਕੇ ਅਸੀਂ ਜਿਹੜੀਆਂ ਚਾਰ ਵੋਟਾਂ ਲਾਂਗੇ ਇਹ ਨੀਤੀ ਗਲਤ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਅਸੀਂ ਖੜੇ ਆਂ ਹੱਥ ਜੋੜ ਕੇ ਖੜੇ ਆਂ ਜੇ ਕੋਈ ਜਾਂਚ ਪਾਇਆ ਜਾਂਦਾ ਅਸੀਂ ਸਾਰੇ ਉਸ ਗੱਲ ਦੇ ਬਾਦਲ ਸਾਹਿਬ ਨੂੰ ਅੰਦਰ ਦਿੱਤਾ ਸੀ ਸਰਕਾਰ ਆ ਗਈ ਨਾ ਤੁਹਾਡੀ ਤਸਵੀਰ ਵਾਲ ਨੂੰ ਅੰਦਰ ਦੇਣ ਕੇ ਸਰਕਾਰ ਦੇ ਜੀ ਦੇ ਦੇਣ ਪਰ ਅਸੀਂ ਪਹਿਲਾਂ ਇਹ ਗੱਲ ਦੱਸ ਰਹੇ ਹਾਂ ਕਿ ਇਹਨਾਂ ਦੀ ਮਨਸ਼ਾ ਗਲਤ ਹੈ ਹੂੰ ਮਨਸ਼ਾ ਗਲਤ ਹੈ ਉਹ ਦੇ ਦੇਣ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਗਲਤੀ ਲੱਗਦੀ ਹੈ ਕਿਉਂ ਅੰਦਰ ਦੇਣਗੇ ਤੁਹਾਨੂੰ ਮੇਰੀ ਗੱਲ ਨੂੰ ਸੁਣੋ ਉਹ ਤਾਂ ਰੋਜ਼ ਕਹਿੰਦੇ ਆ ਜੀ ਉਹ ਤਾਂ ਹਰ ਰੋਜ਼ ਕਹਿੰਦੇ ਆ ਦੇਖੋ ਅੱਜ ਤੱਕ ਕੋਈ ਸਬੂਤ ਹੋਇਆ ਜਿਹੜਾ ਸਾਡਾ ਇਹਨਾਂ ਦਾ ਕਮਰਬਜੇ ਪ੍ਰਤਾਪ ਆ ਜਿਹੜਾ ਸਭ ਤੋਂ ਵੱਧ ਜੀ ਨੇ ਜ਼ੋਰ ਲਾਇਆ ਸਭ ਤੋਂ ਵੱਧ ਜ਼ੋਰ ਲਾਇਆ ਰਾਸੀ ਤੌਰ ਤੇ ਵੀ ਬਾਦਲਾਂ ਨੂੰ ਦੋਸ਼ੀ ਕਰਨ ਵਾਸਤੇ ਤੇ ਕਿੰਨੇ ਚਲਾਨ ਪੇਸ਼ ਕੀਤੇ ਉਹ ਕੋਈ ਵੀ ਇੱਕ ਕੜੀ ਨੂੰ ਜਾਂ ਇਹਨਾਂ ਦੇ ਬਾਦਲ ਅਕਾਲੀ ਦਲ ਨੂੰ ਜਾਂ ਕਿਹਨਾਂ ਅਕਾਲੀ ਦਲ ਦੇ ਕਿਸੇ ਆਗੂ ਨੂੰ ਉਸ ਵਿੱਚ ਦੋਸ਼ ਦੇ ਕਿਸੇ ਖਾਨੇ ਵਿੱਚ ਨਹੀਂ ਉਹ ਸਾਬਤ ਕਰ ਸਕਿਆ ਤੇ ਫਿਰ ਜਿਹੜੀ ਹਾਈ ਕੋਰਟ ਨੇ ਜੋਚ ਪੇੜ ਉਹਦੇ ਮਾਰਤੀ ਆ ਉਹ ਦੁਨੀਆਂ ਦੇ ਸਾਹਮਣੇ ਆ ਤੁਹਾਡੇ ਮਗਰ ਕਿਉਂ ਪਏ ਸਾਰੇ ਹਾਂਜੀ ਤੁਹਾਡੇ ਮਗਰ ਮਗਰ ਇਸ ਕਰਕੇ ਪਏ ਆ ਕਿ ਇਸ ਪੰਜਾਬ ਦੇ ਅਸਲ ਵਾਰਿਸ ਅਸੀਂ ਆ ਅਸੀਂ ਅਸਲ ਵਾਰਿਸਾਂ ਪੰਜਾਬ ਦੀ ਤਰੱਕੀ ਪੰਜਾਬ ਦੀ ਖੁਸ਼ਹਾਲੀ ਪੰਜਾਬ ਦੇ ਲੋਕਾਂ ਦੀ ਗੱਲ ਅਸੀਂ ਕਰਦੇ ਹਾਂ ਤੋਂ ਇਸ ਕਰਕੇ ਪਾਇਆ ਕਿਉਂਕਿ ਲੋਕਾਂ ਨੇ ਫੈਸਲਾ ਕਰ ਲਿਆ ਕਿ ਅਗਲੀ ਜਿਹੜੀ ਸਰਕਾਰ ਹੈ ਕਿਉਂਕਿ ਸਾਰਾ ਕੁਝ ਦੇਖ ਲਿਆ ਲੋਕ ਇਹ ਕਹਿ ਰਹੇ ਆ ਕਿ ਜੇ ਅਕਾਲੀ ਦਲ ਦੀ ਸਰਕਾਰ ਪੰਜਾਬ ਵਿੱਚ ਦੁਬਾਰਾ ਨਾ ਆਈ ਤਾਂ ਪੰਜਾਬ ਇੱਕ ਐਸੀ ਖੱਡ ਵਿੱਚ ਜਾ ਡੇਗਾ ਜਿੱਥੋਂ ਮੁੜ ਕੇ ਵਾਪਸ ਉਠਣਾ ਮੇਰੇ ਤੋਂ ਕਾਲੀ ਦਾ ਸਰਕਾਰ ਤੋਂ ਬਾਹਰ ਹੁੰਦਾ ਉਦੋਂ ਖਤਰੇ ਕੋ ਪੈਦਾ ਹੋ ਜਾਂਦੇ ਉਦੋਂ ਪੰਥਰੋਂ ਵੀ ਖਤਰਾ ਹੈ ਉਦੋਂ ਪੰਜਾਬੋਂ ਵੀ ਖਤਰਾ ਹੈ ਪੰਜਾਬ ਦੇ ਮੁੱਦੇ ਤੋਂ ਹੀ ਛੱਡੀ ਬੈਠੇ ਹੋ ਸੰਗੀਟਾਂ ਚ ਤੁਸੀਂ ਇਹਨਾਂ ਗੱਲ ਕਰਦੇ ਪਏਗੇ ਜਿਹੜੇ ਮੁੱਦਿਆਂ ਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਖੜਾ ਹੋਇਆ ਸੀ ਉਹਨਾਂ ਮੁੱਦਿਆਂ ਤੋਂ ਤੁਸੀਂ ਛੱਡ ਕੇ ਬੈਠੇ ਹੋ ਦੇਖੋ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਭਰੋਸਾ 100 ਸਾਲ ਦੇ ਤੁਹਾਡੀ ਪਾਰਟੀ ਦੇ ਇਤਿਹਾਸ ਵਿੱਚ ਅਕਾਲੀ ਦਲ ਦਾ ਇੰਨਾ ਮਾੜਾ ਹਾਸ਼ਰ ਹੋਇਆ ਕਦੇ ਨਹੀਂ ਹੋਇਆ ਨਹੀਂ ਦੇਖੋ ਇਹ ਮਾੜਾ ਹਾਸ਼ਰ ਨਹੀਂ ਹੋਇਆ ਇਹਨੂੰ ਮਾੜਾ ਹਾਸ਼ਰ ਨਾ ਗਣੋ ਇਹਦੇ 'ਚ ਸਾਧਸ਼ਾ ਹੀ ਏਡੀਆਂ ਨੀਵੇਂ ਪੱਦਰ ਦੀਆਂ ਰਾ ਕਰ ਰੋ ਹੁਣ ਕਾਂਗਰਸ ਇੱਕ ایسی ਇੱਕ ਪਾਰਟੀ ਆ ਸਰਕਾਰ ਚਲਾਈ 77 ਐਮਐਲਏ ਤੇ ਉਹਦੇ ਵਿੱਚ ਕੈਪਟਨ ਦੇ ਖਿਲਾਫ ਹੋਗਾ ਬਗਾਵਤ ਹੋ ਗਈ ਜਿਸ ਮਾੜੀ ਮਨਸ਼ਾ ਦੇ ਨਾਲ ਮਾੜੇ ਤਰੀਕੇ ਨਾਲ ਉਹਨੂੰ ਉਥੋਂ ਲਾਇਆ ਗਿਆ ਥੋੜੇ ਸਾਰਿਆਂ ਦੇ ਸਾਹਮਣੇ ਉਹਦੂ ਦੂਸਰੀ ਗੱਲ ਦੇਖੋ ਕਿੰਦੀ ਮਾੜੀ ਹਾਲਾਤ ਨੇ ਉਹਨੂੰ ਲਾਉਣ ਦੇ ਵਿੱਚ ਕੈਪਟਨ ਦਾ ਖਾਸਮ ਖਾਸ ਰੰਧਾਵਾ ਉਹ ਸਿੱਧੂ ਦੇ ਨਾਲ ਕੀ ਨਾ ਇਕੱਠੇ ਹੋ ਗਏ ਤੁਹਾਨੂੰ ਦੁੱਖ ਹੈ ਕੈਪਟਨ ਸਾਹਿਬ ਦਾ ਕੈਪਟਨ ਸਾਹਿਬ ਤੇ ਜਾਂਦਾ ਦੁੱਖ ਤੁਹਾਨੂੰ ਮੈਂ ਹਾਲਾਤ ਦੀ ਗੱਲ ਦੱਸਾਂ ਅੱਜ ਦੇ ਹਾਲਾਤ ਕੀ ਚੱਲ ਰਹੇ ਆ ਜਿਹੜੇ ਜਿਹੜੇ ਰੰਧਾਵੇ ਨੇ ਸਿੱਧੂ ਦੇ ਨਾਲ ਰਲ ਕੇ ਕੈਪਟਨ ਨੂੰ ਲਾਇਆ ਸੀ ਤੇ ਉਹ ਉਸ ਨੂੰ ਜਦੋਂ ਮੁੱਖ ਮੰਤਰੀ ਬਣਦਾ ਤੇ ਸਿੱਧੂ ਉਹਦੇ ਫਰਕਾ ਡਾਡੀਆਂ ਪਾਰਟੀਆਂ ਤੁਹਾਡੀ ਪਾਰਟੀ ਜੀ ਵੀ ਇਹੀ ਕੁਝ ਹੋਇਆ ਮੈਂ ਟੋੜਾ ਸਾਹਿਬ ਦੀ ਗੱਲ ਕਰਾਂ ਮੈਂ ਮਿਸਟਰ ਬਰਨਾਲਾ ਦੀ ਗੱਲ ਕਰਾਂ ਉਸ ਤੋਂ ਬਾਅਦ ਮਿਸਟਰ ਢਿੰਡਸਾ ਦੀ ਗੱਲ ਕਰਾਂ ਮੈਂ ਚਾਰਾਂ ਦੀ ਗੱਲ ਕਰਾਂ ਚਾਰਾਂ ਦਾ ਮਤਭੇਦ ਇਸ ਤਰ੍ਹਾਂ ਦੇ ਹਰਾ ਦੇ ਨਹੀਂ ਹੋਏਗੇ ਚਲੋ ਮੈਂ ਕੁਝ ਆਖਰੀ ਸਵਾਲ ਤੁਹਾਡੇ ਤੋਂ ਲੈਣੇ ਆ ਡੇਰਾ ਮੁਖੀ ਨੂੰ ਮਾਫੀ ਕੋ ਦਿੱਤੀ ਤੁਸੀਂ ਬਿਲਕੁਲ ਗਲਤ ਸੀ ਹਾਂ ਦੇਣੀ ਨਹੀਂ ਚਾਹੀਦੀ ਉਹ ਵਾਪਸ ਵੀ ਹੋਈ ਆ ਉਸ ਤੋਂ ਬਾਅਦ ਸ੍ਰੀ ਕਾਲਤਖਸਬ ਦੇ ਜ਼ਿਮੇਦਾਰ ਸਾਹਿਬ ਨੇ ਇਹ ਗੱਲ ਮੰਨੀ ਆ ਕਿ ਸਾਡੇ ਤੋਂ ਗਲਤ ਕੰਮ ਹੋਈ ਆ ਜਿਹੜੀ ਕਿਤੇ ਵੀ ਨਹੀਂ ਹੋਣੀ ਚਾਹੀਦੀ ਸੀ ਉਹ ਬਿਲਕੁਲ ਗਲਤ ਫੈਸਲਾ ਸੀ 90 99 ਲੱਖ ਦੇ ਇਜਤਿਹਾਰ ਦਿੱਤੇ ਤੁਸੀਂ ਇਹ ਇਸ ਧਾਰ ਕਿੱਥੋਂ ਪਰਪਾਈ ਕਰੋ ਦੇਖੋ ਜਦੋਂ ਉਸੇ ਦੀ ਅਸੀਂ ਮਾਫੀ ਮੰਗ ਲਈ ਆ ਜਦੋਂ ਉਸੇ ਕੰਮ ਨੂੰ ਅਸੀਂ ਕਹਿਤਾ ਵੀ ਸਾਡੇ ਤੋਂ ਗਲਤ ਹੋਇਆ ਫੈਸਲਾ ਉਹ ਨੂੰ ਵਾਪਸ ਕੀਤਾ ਗਿਆ ਤੇ ਫਿਰ ਉਹ ਵੀ ਸਾਰਿਆਂ ਕੋ ਵਿੱਚ ਆ ਗਿਆ ਮਾਫੀ ਮਾਫੀ ਮੰਗ ਕੇ ਸਭ ਕੁਝ ਠੀਕ ਹੈ ਦੇਖੋ ਜੀ ਫਿਰ ਡੇਰਾ ਬੈਨ ਕਰ ਦਿਓ ਹਾਂਜੀ ਫਿਰ ਡੇਰਾ ਬੈਨ ਕਰਦੀ ਡਿਮਾਂਡ ਡੇਰੇ ਦੀ ਹਰਕਤ ਮਾਰੀ ਸੀ ਹਾਂ ਡੇਰੇ ਦੀ ਹਰਕਤ ਹੀ ਮਾਰੀ ਆ ਜਦੋਂ ਗੁਰੂ ਦੇ ਖਿਲਾਫ ਨੇ ਕੌਮ ਦੇ ਖਿਲਾਫ ਨੇ ਫਿਰ ਉਹਦੇ ਦੇ ਖਿਲਾਫ ਜਾਵਾਂਗੇ ਅਸੀਂ ਚਲੋ ਮੈਂ ਇੱਕ ਇੱਕ ਆਖਰੀ ਸਵਾਲ ਤੁਹਾਨੂੰ ਰੇਲਸ ਸਰ ਕਰਨਾ ਚਾਹੁੰਦਾ ਇਸ ਸਾਜ਼ਿਸ਼ ਦੇ ਪਿੱਛੇ ਵਿਦੇਸ਼ੀ ਤਾਕਤ ਹੈ ਕੋਈ ਜਾਂ ਇਥੇ ਹੀ ਕੋਈ ਤਾਕਤ ਬੈਠੀ ਹੈ ਐਸਪੀਸੀ ਨੇ ਇੰਨੀ ਕੋਖਤਾ ਕੀਤੀ ਹੋਵੇਗੀ ਦੇਖੋ ਸਾਡੇ ਕੋਲੇ ਐਡਾ ਵੱਡਾ ਤੰਤਰ ਨਹੀਂ ਹੈਗਾ ਕਿ ਅਸੀਂ ਇਸ ਦੀ ਇਸ ਖੋਜ ਕਰ ਸਕੀਏ ਕਿ ਉਹ ਵਿਦੇਸ਼ੀਤਾ ਤਾਂ ਕਹਤਾ ਅਸੀਂ ਤਾਂ ਜੋ ਅੱਜ ਇੱਥੇ ਜੇ ਉਹ ਡੇਰੇ ਨਾਲ ਸੰਬੰਧਤ ਹੈ ਉਹਦਾ ਬਾਬ ਉਹਦੀ ਸੱਤ ਮੈਂਬਰੀ ਕਮੇਟੀ ਚ ਰਹਿੰਦਾ ਤੇ ਉਹ ਡੇਰੇ ਦੇ ਨਾਲ ਪੂਰਾ ਹੈਗਾ ਜੁੜਿਆ ਹੋਇਆ ਤੇ ਉਹਨੇ ਜੇ ਇਹੋ ਜੀ ਮਾੜੀ ਹਰਕਤ ਕੀਤੀ ਆ ਤੇ ਉਸ ਕੜੀ ਨੂੰ ਜੋੜਾ ਕਿਉਂ ਜਾਂਦਾ ਕਾਂਗਰਸ ਦਾ ਆਪਦੇ ਬੰਦੇ ਮਰੇ ਜਿਹੜੇ ਆ ਜਿਹੜਾ ਉਹ ਮੌੜ ਬੰਬ ਕਾਂਡ ਹੋਇਆ ਉਹਨੂੰ ਨਹੀਂ ਜੋੜ ਰਹੀ ਕਾਰਨ ਕੀ ਆ ਮਰੀ ਗੱਲਾਂ ਨੇ ਜੀ ਆਖਰਕਾਰ ਬੰਦੇ ਮਰੇ ਆ ਕਾਂਗਰਸ ਨਾਲ ਸੰਬੰਧਤ ਵੀ ਲੋਕ ਸੀਗੇ ਜਿਹੜੇ ਮਰੇ ਉਹ ਚ ਉਦਾਵੀ ਸਾਰਾ ਫੈਸਲਾ ਹੋ ਚੁੱਕਿਆ ਤੇ ਉਹਨੂੰ ਜੋੜ ਰਿਹਾ ਹੁਣ ਅੱਖਾਂ ਪੁੰਝਣ ਵਾਸਤੇ ਹੁਣ ਆ ਜਿਹੜੇ ਜਿਹੜੇ ਪਗੋੜੇ ਆ ਉਹਨਾਂ ਦੀਆਂ ਜ਼ਮੀਨਾਂ ਦੀ ਅਟੈਚ ਕਰਦੀ ਗੱਲ ਕਰ ਰਿਹਾ ਕਰਨ ਵਧੀਆ ਵਾਸੀ ਨਹੀਂ ਕਿਹਦੇ ਮਾੜੀ ਗੱਲ ਆ ਪਰ ਅਸਲ ਮੁੱਦੇ ਦੀ ਗੱਲ ਤੇ ਆਉਣਾ ਸਾਨੂੰ ਚਾਹੀਦਾ ਅਸੀਂ ਬੇਦਬੀ ਲਈ ਜਿਹੜੇ ਬੰਦੇ ਦੋਸ਼ੀ ਨੇ ਅੱਜ ਦੀ ਵੀ ਬੇਬੀ ਵਾਲਾ ਮੌਕੇ ਤੇ ਫੜਿਆ ਗਿਆ ਜੇ ਅਸੀਂ ਮੌਕੇ ਤੇ ਫੜੇ ਤਾਂ ਇਸ ਗੱਲ ਦਾ ਕਲੂ ਨਹੀਂ ਲੱਭ ਸਕਦੇ ਤਾਂ ਫਿਰ ਸਾਡੀ ਜਾਂ ਤਾਂ ਮਨਸ਼ਾ ਮਾੜੀ ਆ ਜਾਂ ਸੀਨੇ ਲੈ ਕੇ ਕਾਂਗਰਸ ਵੀ ਗਲਤ ਹੈ ਬੀਜੇਪੀ ਵੀ ਗਲਤ ਹੈ ਸਹੀ ਕੌਣ ਹੈ ਫਿਰ ਕੱਲ ਕੱਲਾ ਕਾਲੀ ਦਲ ਨਹੀਂ ਜੀ ਕਾ ਹਦ ਕਾਲੀ ਦਲ ਤਾਂ ਆਪਦੇ ਹੱਕਾਂ ਦੀ ਗੱਲ ਕਰ ਰਿਹਾ ਮੁੱਦੇ ਦੀ ਗੱਲ ਕਰ ਰਿਹਾ ਜੋ ਸਾਰਿਆਂ ਦੇ ਸੰਗਤ ਦੇ ਸਾਹਮਣੇ ਆ ਅਸੀਂ ਕੋਈ ਮੁੱਦਾ ਪੈਦਾ ਨਹੀਂ ਕੀਤਾ ਨਹੀਂ ਜੋ ਬੇਅਦਬੀ ਹੋਈ ਆ ਉਸ ਬੇਅਦਬੀ ਦੀ ਅਸੀਂ ਗੱਲ ਕਰ ਰਹੇ ਹਾਂ ਦੁਨੀਆ ਦੇ ਸਾਹਮਣੇ ਆ ਚਲੋ ਪੰਥਕ ਝੰਡੇ ਤੇ ਵਾਪਸ ਆ ਰਹੇ ਹਾਂ ਤੁਸੀਂ ਕਿਉਂਕਿ ਹੁਣ ਤੁਸੀਂ ਬੀਜੇਪੀ ਨੂੰ ਵੀ ਨਿੰਦਦੇ ਪਏ ਹੋ ਅਸੀਂ ਆਰਐਸਐਸ ਨੂੰ ਵੀ ਨਿੰਦਦੇ ਪਏ ਹੋ ਅਸੀਂ ਅਸੀਂ ਪਹਿਲਾਂ ਵੀ ਬੀਜੇਪੀ ਦੇ ਨਾਲ ਹੁੰਦੇ ਆ ਵੀ ਪੰਥਕ ਦੇ ਟੌਰ ਤੇ ਜਾਣਾ ਜੀ ਮੈਂ ਹੁਣ ਤੁਸੀਂ ਕਹਿ ਰਹੇ ਹੋ ਜਿੰਨੇ ਅਸੀਂ ਮਤੇ ਪਾਨਦੇ ਆ ਸਾਡੀ ਕੋਈ ਗੱਲ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਫਿਰ ਤੁਸੀਂ ਆਪਦੇ ਐਕਟ ਦੀ ਗੱਲ ਕਰਦੇ ਹੋ ਫਿਰ ਤੁਸੀਂ ਹੁਣ ਰਾਜੂਆਣ ਵਾਲਾ ਮੁੱਦਾ ਵੀ ਚੱਕ ਲਿਆ ਹੁਣ ਤੁਸੀਂ ਪੰਥਕ ਏਜੰਡੇ ਤੇ ਵਾਪਸ ਆਉਂਦੀ ਪੁਛ ਵਿੱਚ ਲੱਗਣਾ ਰਾਜੂਆਣਾ ਸਾਹਿਬ ਦਾ ਮੁੱਦਾ ਇਹ ਤਾਂ ਸਮੁੱਚੇ ਮਾਨਵਤਾ ਨਾਲ ਜਿਹੜੇ ਹਨਨ ਹੋਣ ਵਾਲੇ ਜਿਹੜੇ ਮੁੱਦੇ ਆ ਉਹ ਹਿਊਮਨ ਰਾਈਟਸ ਦਾ ਮੁੱਦਾ ਆ 27 ਸਾਲ ਦਾ ਹੋ ਗਿਆ 9 ਸਾਲ ਹੋ ਗਏ ਸ਼ਰੋਣੀ ਕਮੇਟੀ ਨੂੰ ਰੈਟ ਭਾਈ ਨੂੰ ਤੇ 9 ਸਾਲ ਦੇ ਵਿੱਚ ਉਹ ਕਹਿੰਦਾ ਮੈਨੂੰ ਮੌਤ ਦੇ ਦਿਓ ਜਾਂ ਮੈਨੂੰ ਦੇ ਦਿਓ ਜੇ ਅਸੀਂ ਉਹੀ ਨਹੀਂ ਫੈਸਲਾ ਕਰ ਸਕਦੇ ਤਾਂ ਫਿਰ ਇਹ ਤੂੰ ਵੱਡਾ ਮਨੁੱਖਤਾ ਦਾ ਅਧਿਕਾਰਾਂ ਦਾ ਘਾਣ ਕੀ ਹੋ ਸਕਦਾ ਮੈਂ ਆਖਰੀ ਸਵਾਲ ਕਰਦਾ ਕਰਦਾ ਹੋਰ ਸਵਾਲ ਕਰ ਰਿਹਾ ਕਟ ਗਿਣਤੀ ਅਸੁਰੱਖਿਤਾ ਹੈ ਦੇਸ਼ ਵਿੱਚ ਬਿਲਕੁਲ ਬਿਲਕੁਲ ਅਸੁਰੱਖਿਤਾ ਜੋ ਹੁਲਾਤ ਹੈ ਤੁਹਾਡੇ ਸਾਹਮਣੇ ਆ ਤੇ ਕਸ਼ਮੀਰ ਮਾਮਲੇ ਵਿੱਚ ਅਕਾਲੀ ਦਲ ਨੇ ਭਾਜਪਾ ਦੇ ਹੱਕ ਚ ਵੋਟ ਕਿਉਂ ਪਾਈ 7370 ਦੇ ਮਾਮਲੇ ਚ ਹੋ ਸਕਦਾ ਵੀ ਉਦੋਂ ਗਠਜੋੜ ਦੇ ਵਿੱਚ ਸਤੋਏ ਗਲਤੀ ਹੋ ਗਈ ਹੋਵੇ ਗਲਤੀ ਮੰਨਦੀ ਐ ਸੀ ਵੀ ਸੀ ਚਲੋ ਬਹੁਤ ਧੰਨਵਾਦ ਗੁਰਚੰਦ ਸਿੰਘ ਗਰੇਵਾਲ ਜਿਨ੍ਹਾਂ ਤੋਂ ਅਸੀਂ तमाम ਸਵਾਲ ਲੈਣ ਦੀ ਕੋਸ਼ਿਸ਼ ਕੀਤੀ ਹੈ ਬੇਅਦਬੀ ਦੇ ਪਿੱਛੇ ਕੋਈ ਸਾਜ਼ਿਸ਼ ਹੈ ਕੀ ਹੈ ਐ ਐਸਜੀਪੀਸੀ ਇਹ ਕਹਿ ਰਹੀ ਹੈ ਅਕਾਲੀ ਦਲ ਇਹ ਕਹਿ ਰਿਹਾ ਸਾਜ਼ਿਸ਼ ਦੇ ਪਿੱਛੇ ਕੌਣ ਹੈਗਾ ਇਸ ਦੀ ਤਫਤੀਸ਼ ਹੋਣੀ ਚਾਹੀਦੀ ਹੈ ਪਰ ਇਹ ਸਾਜ਼ਿਸ਼ ਦੇ ਪਿੱਛੇ ਜੇ ਤੁਹਾਨੂੰ ਧਰਮ ਦੇ ਨਾਂ ਤੇ ਲੜਾਇਆ ਜਾ ਰਿਹਾ ਤੁਸੀਂ ਸੋਚਣਾ ਇਹ ਸਾਜ਼ਿਸ਼ ਦੇ ਵਿੱਚ ਤੁਹਾਨੂੰ ਕਿਤੇ ਵੰਡਿਆ ਤਣੇ ਜਾ ਰਿਹਾ ਇਹ ਸਵਾਲ ਤੁਹਾਡੇ ਅੱਗੇ ਛੱਡ ਕੇ ਜਾ ਰਿਹਾ ਬਹੁਤ ਧੰਨਵਾਦ